रेडियो चन्न प्रदेसी सुन दे सारे श्रोताओं का एक बार फिर स्वागत। दोस्तों, गलबात चल रही है इस वक्त साडे ते तुहाडे दरमियान विचारां दी सांझ पाउण दे वास्ते एक होर शख्सियत साडे नाल जुड़ गई है। नाम है प्रगटजीत संधु। प्रगटजीत संधु साहब दे बारे मैं थोड़ा जिहा तुहानूं जांदा होया दस गया सी, बाकी बहुता तुसीं सोशल मीडिया तो पढ़ सकदे हो ते उस तो ज्यादा जानना है तां अज दे शो दे विच पता लग जू। उस तो बाद चलदे चलदे शो दे विच तुसीं आपदे कीमती विचारां दी सांझ साडे नाल पा सकते हो। दस्या सी तुहानूं कि अजकल इंडिया आए हुए ने और इंडिया च जदों भी साडे वर्गे लोकां नूं मौका मिलदा कुछ सज्जण मित्रां दे नाल असीं सांझ पाउंदे होए कुछ गल्लां नाल दी नाल शेयर ही लैण। सो बाई जी, स्वागत है तुहाडा सिद्धू लाइव शो रेडियो चन्न प्रदेसी दे विच। सिद्धू साहब, थैंक यू सो मच। और रेडियो चन्न प्रदेसी सुनने वाले सारे श्रोतियां दा मैं तहे दिल तों धन्नवाद करदा। और मेरे वास्ते बड़ी बड़ा ही माण वाली गल है कि तुसीं मैनूं श्रोतियां दे रूबरू करा रहे हो। बड़ा वधिया लग रहा जी। अच्छा, मैनूं एक गल दस्सो, पहलां आपां गल शुरू, तुसीं रेडियो सुणदे हो चन्न प्रदेसी? हां जी, हां जी, मैं काफी सुनदा रहा। कई बारी रझेवियां करके मिस हो जाता, लेकिन मोस्टली मैं बहुत बार सुनिया रेडियो। और तुहाडा शो भी बहुत बार सुनिया पहला जी। बहुत मेहरबानी जी। ਸੋ ਹੁਣ ਫਿਰ ਤੁਹਾਨੂੰ ਸਾਰੀਆਂ ਗੱਲਾਂ ਹੋਰ ਵੀ ਵਧੀਆ ਲੱਗਣੀਆਂ, ਕਿਉਂਕਿ ਅਸੀਂ ਗੱਲਾਂ ਹੋਰ ਬਹੁਤ ਸਾਰੀਆਂ ਕਰ ਲੈਂਦੇ ਹਾਂ, ਕੰਮ ਦੀਆਂ ਗੱਲਾਂ ਭੁੱਲ ਜਾਂਦੇ ਹਾਂ, ਕਿਉਂਕਿ ਫੀਡਬੈਕ ਇਹ ਵੀ ਲੈਣੀ ਲਾਜ਼ਮੀ ਹੈ। ਤੇ ਸਾਂਝਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀਆਂ ਪਈਆਂ ਬਹੁਤ ਸਾਰੇ ਲੋਕਾਂ ਦੇ ਨਾਲ ਪਈਆਂ, ਤੇ ਸਾਡਾ ਇੱਕ ਸੱਜਣ ਸੀ ਸਾਂਝਾਂ ਤੋੜ ਵੀ ਗਿਆ, ਉਹਦੇ ਬਾਰੇ ਇੱਕੋ ਗੱਲ ਕਹਿ ਸਕਦੇ ਹਾਂ ਕਿ ਕਿਹੜੀ ਰੁੱਤੇ ਤੋੜੀਆਂ ਨੇ ਸਾਂਝਾਂ ਬੇਈਮਾਨ ਨੇ। ਸੋ ਬਥੇਰਾ ਦੁੱਖ ਹੁੰਦਾ ਜਦੋਂ ਕੋਈ ਖਾਸ ਤੁਹਾਡੇ ਤੋਂ ਵਿਛੜ ਜਾਂਦਾ, ਚਲਿਆ ਜਾਂਦਾ। ਉਦੋਂ ਅਸੀਂ ਜਦੋਂ ਜਾਣਦੇ ਹਾਂ ਕਿ ਨਾ ਤਾਂ ਇਹ ਸਾਡਾ ਕਲਾਸਮੇਟ ਰਿਹਾ, ਨਾ ਇਹ ਸਾਡਾ ਰਿਸ਼ਤੇਦਾਰ ਸੀ, ਮਿਲਿਆ ਤਾਂ ਸੋਸ਼ਲ ਮੀਡੀਆ ਤੇ ਸੀ। ਸੋ ਸੋਸ਼ਲ ਮੀਡੀਆ ਦੇ ਫਾਇਦੇ ਤੇ ਨੁਕਸਾਨ। ਹਾਂਜੀ ਸਿੱਧੂ ਸਾਹਿਬ, ਵੱਡੀ ਗੱਲ ਜਿਹੜੀ ਤੁਸੀਂ ਗੱਲ ਕਹੀ ਨਾ, ਵੀ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਕਿਸੇ ਦੇ ਕਰੀਬ ਹੁੰਦੇ ਆ ਨਾ, ਵੀ ਕਿਸੇ ਦੇ ਅਸੀਂ ਨਜ਼ਦੀਕ ਹੁੰਦੇ ਆ, ਤਾਂ ਸਿਰਫ ਤੇ ਸਿਰਫ ਸਾਡੀ ਇੱਕ ਵਿਚਾਰਾਂ ਸਾਂਝ ਹੁੰਦੀ ਏ। ਕਿਉਂਕਿ ਜਿਹੜੇ ਸਾਡੇ ਰਿਸ਼ਤੇ, ਦੁਨਿਆਵੀ ਰਿਸ਼ਤੇ ਨੇ ਜਿਹੜੇ, ਉਹ ਅਸੀਂ ਬਣਾਉਂਦੇ ਨਹੀਂ, ਸਾਨੂੰ ਬਣੇ ਬਣਾਏ ਮਿਲਦੇ ਨੇ, ਹਨਾ। ਪਰ ਜਦੋਂ ਸੋਸ਼ਲ ਮੀਡੀਆ ਤੇ ਸਾਡੇ ਅਸੀਂ ਕਿਸੇ ਦੇ ਕਰੀਬ ਹੁੰਦੇ, ਅਸੀਂ ਉਹਦੇ ਵਿਚਾਰਾਂ ਕਰਕੇ ਹੁੰਦੇ ਹਾਂ, ਔਰ ਸਾਡੇ ਚ ਰਿਸ਼ਤਾ ਤਾਂ ਹੀ ਬਣਦਾ ਕਿਉਂਕਿ ਸਾਡੇ ਜਿਹੜੇ ਇੱਕ ਵਿਚਾਰਧਾਰਾ ਸਾਡੀ ਸੇਮ ਹੁੰਦੀ ਹੈ, ਔਰ ਸਾਡਾ ਜਿਹੜਾ ਮਾਈਂਡ ਸੈਟ ਬਹੁਤ ਹੱਦ ਤੱਕ ਮਿਲਦਾ ਹੁੰਦਾ। ਇਸ ਕਰਕੇ ਉਹ ਰਿਸ਼ਤੇ ਦਾ ਜਿਹੜਾ ਗੂੜ ਹੋ ਜਾਂਦਾ, ਉਹਦੇ ਵਿੱਚ ਉਸ ਪਿਆਰ ਜ਼ਿਆਦਾ ਹੁੰਦਾ ਹੈ ਔਰ ਹੁੰਦਾ। ਇਸੇ ਕਰਕੇ ਸੋਸ਼ਲ ਮੀਡੀਆ ਨੇ ਬੜੇ ਬੜੇ ਸੋਹਣੇ ਦੋਸਤ ਦਿੱਤੇ ਨੇ, ਔਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਗੁਰਪ੍ਰੀਤ ਜੀ, ਔਰ ਉਹ ਵੀ ਇੱਕ ਸੋਸ਼ਲ ਮੀਡੀਆ ਦੀ ਦੇਣ ਸੀ। ਪਰ ਜਦੋਂ ਇੱਕ ਸਰਕਲ ਬਣ ਗਿਆ ਇਸ ਤਰ੍ਹਾਂ, ਗੁਰਪ੍ਰੀਤ ਵਾਂਗੂ ਤੁਸੀਂ ਹੋਰ ਬੜੇ ਦੋਸਤ ਜਿਹੜੇ ਚੰਗੇ ਚੰਗੇ ਲੋਕ ਮਿਲੇ ਨੇ, ਤੇ ਮੇਰੇ ਖਿਆਲ ਨਾਲ ਅਸੀਂ ਆਪਦੀ ਮਰਜ਼ੀ ਦੇ, ਆਪਦੇ ਮਨਪਸੰਦ ਦੇ ਲੋਕ ਸੋਸ਼ਲ ਮੀਡੀਆ ਤੋਂ ਚੁਣ ਸਕਦੇ ਹਾਂ, ਜਾਂ ਉਹ ਸਾਨੂੰ ਚੁਣ ਲੈਂਦੇ ਨੇ। ਤੁਹਾਡੇ ਨਾਲ 10,000 ਬੰਦਾ ਐਡ ਹੋਵੇ, ਲੱਖ ਹੋਵੇ, ਔਰ ਤੁਹਾਡੇ ਕਰੀਬ ਉਹੀ ਹੋਊਗਾ ਜਿਹੜਾ ਤੁਹਾਡੇ ਵਿਚਾਰਾਂ ਨਾਲ ਸਹਿਮਤੀ ਰੱਖਦਾ, ਜਿਹੜਾ ਤੁਹਾਡੀ ਸੋਚ ਨੂੰ ਸਮਰਪਿਤ ਹੁੰਦਾ, ਜਿਹਨੂੰ ਤੁਹਾਡੀ ਗੱਲ ਪਸੰਦ ਆਉਂਦੀ ਹੈ, ਜਿਹਨੂੰ ਇਹ ਮਹਿਸੂਸ ਹੁੰਦਾ ਵੀ ਇਹ ਗੱਲ ਮੇਰੀ ਆ, ਇਹ ਜਿਹੜੀ ਗੱਲ ਕਰ ਰਿਹਾ ਮੇਰੀ ਗੱਲ ਕਰ ਰਿਹਾ ਮੇਰੀ। ਔਰ ਕਈ ਵਾਰੀ ਜਦੋਂ ਅਸੀਂ ਕੋਈ ਪੋਸਟ ਪਾ ਦਿੰਦੇ ਸੋਸ਼ਲ ਮੀਡੀਆ ਥੱਲੇ ਕਮੈਂਟ ਮਰਨ ਨੂੰ ਮਿਲਦਾ ਵੀ ਭਾਜੀ ਮੈਨੂੰ ਲਫ਼ਜ਼ ਨਹੀਂ ਸੀ ਮਿਲ ਰਹੇ, ਦਿਮਾਗ ਮੇਰੇ ਚ ਵੀ ਇਹੋ ਕੁਝ ਚੱਲ ਰਿਹਾ ਸੀ, ਹਨਾ। ਤੇ ਹਾਂ, ਤਾਂ ਉਹ ਇਹ ਇੱਕ ਵਿਚਾਰਾਂ ਦੀ ਸਾਂਝ ਆ। ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੈ। ਤੇ ਨੁਕਸਾਨ ਨਾਲ ਨਾਲ ਹੁੰਦੇ ਹਰ ਚੀਜ਼ ਦੇ, ਲੇਕਿਨ ਉਹਦੇ ਵਾਸਤੇ ਸਾਨੂੰ ਸਤਰਕ ਹੋਣ ਦੀ ਲੋੜ ਆ। ਮੈਂ ਜਦੋਂ ਹਮੇਸ਼ਾ ਗੱਲ ਕਰਦਾ ਹੁੰਦਾ ਵੀ ਬਹੁਤ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਫੇਸਬੁੱਕ ਲਾ ਲਓ, ਟਵਿੱਟਰ ਲਾ ਲਓ, ਜਿਹੜੇ ਇਹਨਾਂ ਚੀਜ਼ਾਂ ਦੀ ਦੁਰਵਰਤੋਂ ਕਰਦੇ ਨੇ, ਕਈ ਨਿੱਜੀ ਕਿਹੜਾ ਕੱਢਦੇ ਨੇ, ਉਹ ਗਲਤ ਆ। ਉਹਦੇ ਨੁਕਸਾਨ ਬਹੁਤ ਹੈਗੇ ਨੇ, ਔਰ ਮੇਰੇ ਖਿਆਲ ਨਾਲ ਬਹੁਤ ਸਾਰੇ ਰਿਸ਼ਤੇ ਟੁੱਟੇ ਨੇ ਸੋਸ਼ਲ ਮੀਡੀਆ ਕਰਕੇ, ਬਹੁਤ ਸਾਰੇ ਘਰ ਵੀ ਟੁੱਟੇ ਨੇ। ਜਿਹੜਾ ਇੱਕ ਵੀਡੀਓ ਵਾਇਰਲ ਕਰਨ ਦਾ ਟ੍ਰੈਂਡ ਆ, ਕਿਸੇ ਦਾ ਨਿੱਜੀ ਵੀਡੀਓ ਚੁੱਕ ਕੇ ਸੋਸ਼ਲ ਮੀਡੀਆ ਤੇ ਪਾ ਕੇ ਉਹਨੂੰ ਜਨਤਕ ਕਰ ਦੇਣਾ, ਬਹੁਤ ਸਾਰੇ ਜਿਹੜੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਆਈਆਂ ਨੇ, ਘਰ ਟੁੱਟ ਗਏ ਨੇ, ਈਵਨ ਸੁਸਾਈਡ ਤੱਕ ਹੋਏ ਨੇ। ਇਹ ਜਿਹੜੇ ਘਾਤਕ ਨੁਕਸਾਨ ਹੋਈ ਸੋਸ਼ਲ ਮੀਡੀਆ ਕਰਕੇ ਹੋਏ ਨੇ, ਤੇ ਮੇਰੇ ਖਿਆਲ ਨਾਲ ਇਹਦੇ ਵਾਸਤੇ ਅਵੇਅਰਨੈਸ ਹੋਣੀ ਜ਼ਰੂਰੀ ਹੈ, ਸਾਨੂੰ ਸਮਝਾਉਣਾ ਚਾਹੀਦਾ ਲੋਕਾਂ ਨੂੰ। ਔਰ ਇਹ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਨਹੀਂ ਲੈ ਕੇ ਆਉਣੀ ਚਾਹੀਦੀ, ਕਿਸੇ ਦੀ ਨਿੱਜਤਾ ਨੂੰ ਛਾਲਣਾ ਮੇਰੇ ਖਿਆਲ ਨਾਲ ਬਿਲਕੁਲ ਗਲਤ ਆ ਜੀ। ਬੀਤੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕਾਂ ਨੂੰ ਇੱਕ ਗੈਂਗਸਟਰ ਸਿੱਖ ਕੌਮ ਦਾ ਹੀਰਾ ਲੱਗਿਆ, ਪੋਸਟਾਂ ਪਾਈਆਂ ਗਈਆਂ। ਔਰ ਤੁਸੀਂ ਇਹਦੇ ਤੇ ਇਹ ਗੱਲ ਕਹੀ ਕਿ ਗੌਂਡਰ ਨੂੰ ਸਿੱਖ ਸ਼ਹੀਦ ਦੱਸਣ ਵਾਲੇ, ਉਹਦਾ ਕੋਈ ਵੀ ਇੱਕ ਕੰਮ ਦੱਸਣ ਜਿਹੜਾ ਸਿੱਖਾਂ ਦੇ ਹਿੱਤਾਂ ਦੇ ਵਿੱਚ ਹੋਵੇ, ਤੇ ਹਾਂਜੀ ਕੀ ਉਹ ਕਰ ਗਿਆ ਸੀ ਜਿਹਦੇ ਕਰਕੇ ਸਿੱਖੀ ਦਾ ਮਾਣ ਵਧਿਆ। ਇਹ ਵੀ ਸੋਸ਼ਲ ਮੀਡੀਆ ਜੀ ਹੈ ਨਾ ਕਿ ਕੋਈ ਚੈੱਕ ਨਹੀਂ ਇਸ ਦੇ ਉੱਤੇ, ਜੋ ਜੀ ਕਰਦਾ ਕੋਈ ਲਿਖੀ ਜਾਵੇ ਤੇ ਗਾਂ ਫਿਰ ਉਹਦਾ ਜਵਾਬ ਦੇਣਾ। ਅਸੀਂ ਜੇ ਸਾਡੇ ਕੋਲ ਦਲੀਲ ਹੈਗੀ ਤਾਂ ਦਲੀਲ ਨਾ ਦੇਵਾਂਗੇ, ਨਹੀਂ ਮਾਂ ਭੈਣ ਦੀ ਗੱਲ ਤਾਂ ਕੱਢ ਹੀ ਸਕਦੇ ਹਾਂ। ਬਿਲਕੁਲ ਬਿਲਕੁਲ ਨਹੀਂ, ਹੁਣ ਕਾਊਂਟਰਾਂ ਦਾ ਮਸਲਾ ਸਿੱਧਾ ਤੁਹਾਡੇ ਸਾਹਮਣੇ ਆ। ਹੁਣ ਕਹਿੰਦੇ ਸਿੱਧੂ ਸਾਹਿਬ ਪਹਿਲੀ ਤਾਂ ਗੱਲ ਇਹ ਸਵਾਲ ਜਿਹੜਾ ਸੋਸ਼ਲ ਮੀਡੀਆ ਤੇ ਸੀ ਕਿ ਕਿਸੇ ਨੂੰ ਸ਼ਹੀਦ ਦਾ ਐਲਾਨ ਦੇਣਾ, ਸ਼ਹੀਦ ਦੀ ਪਰਿਭਾਸ਼ਾ ਪਤਾ ਹੋਣਾ ਚਾਹੀਦੀ। ਮੇਰੀ ਨਜ਼ਰ ਦੇ ਵਿੱਚ ਸ਼ਹੀਦ ਉਹ ਆ ਜਿਹੜਾ ਕਿਸੇ ਦੀ ਜਾਨ ਬਚਾਉਂਦਾ ਆਪਣੀ ਜਾਨ ਗਵਾ ਪਵੇ, ਕਿਸੇ ਨਿਰਦੋਸ਼ ਨੂੰ ਮਜਲੂਮ ਨੂੰ ਜ਼ੁਲਮ ਤੋਂ ਬਚਾਉਣ ਲਈ ਕਿਸੇ ਦੇ ਹੱਕਾਂ ਪਿੱਛੇ ਲੜਦਾ, ਕਿਸੇ 10 ਬੰਦਿਆਂ ਦੀ ਜਾਨ ਬਚਾ ਕੇ ਅਗਰ ਉਹਦੀ ਆਪਦੀ ਜਾਨ ਅਜਾਈ ਹੋ ਜਾਂਦੀ ਤਾਂ ਉਹਨੂੰ ਸ਼ਹੀਦ ਮੰਨਦੇ ਆ। ਪਰ ਹਜ਼ਾਰਾਂ ਲੋਕਾਂ ਨੂੰ ਲੁੱਟ ਕੇ ਮਾਰ ਕੇ ਤੇ ਆਪ ਮਰ ਜਾਣ ਵਾਲਾ ਸ਼ਹੀਦ ਨਹੀਂ ਹੁੰਦਾ, ਉਹ ਇੱਕ ਦਰਿੰਦਾ ਹੀ ਹੁੰਦਾ ਹੈ। ਮੈਂ ਇਹੋ ਜਿਹੇ ਵਰਡ ਨਹੀਂ ਯੂਜ਼ ਕਰਦਾ, ਪਤਾ ਨਹੀਂ ਕਿਹੜੇ ਹਾਲਾਤਾਂ ਚ ਗੈਂਗਸਟਰ ਬਣਿਆ, ਉਹ ਇੱਕ ਅਲੱਗ ਸਟੋਰੀ ਹੈ। ਪਰ ਐਟਲੀਸਟ ਤੁਹਾਨੂੰ ਲੇਖਾ ਜੋਖਾ ਤਾਂ ਕਰਨਾ ਪਊਗਾ ਨਾ। ਮੇਰੀ ਹਮਦਰਦੀ ਉਹਦੇ ਪਰਿਵਾਰ ਨਾਲ ਜਿਹੜੀ ਇੱਕ ਇਨਸਾਨੀਅਤ ਦੇ ਤੌਰ ਤੇ, ਮੈਨੂੰ ਪਤਾ ਹੈ ਵੀ ਉਹਦੇ ਮਾਂ ਬਾਪ ਕਿਸ ਹਾਲਾਤ ਚ ਰਹਿ ਰਹੇ ਨੇ, ਉਹ ਇਨਸਾਨੀਅਤ ਤੌਰ ਤੇ ਹਮਦਰਦੀ ਹੈ। ਪਰ ਮੈਂ ਫਿਰ ਵੀ ਜੇ ਉਸਦੇ ਗੁਨਾਹਾਂ ਨੂੰ ਜਸਟੀਫਾਈ ਨਹੀਂ ਕਰ ਸਕਦਾ, ਕਿਸੇ ਦਾ ਗਰੀਬ ਹੋਣਾ ਕਿਸੇ ਦਾ ਮਾੜਾ ਹੋਣਾ, ਅਸੀਂ ਵੀ ਗਰੀਬ ਪਰਿਵਾਰਾਂ ਚੋਂ ਨਿਕਲੇ ਹਾਂ ਤੇ ਕੀ ਅਸੀਂ ਹਥਿਆਰ ਚੁੱਕ ਕੇ ਗੋਲੀਆਂ ਚਲਾਉਣ ਲੱਗ ਪਈਏ? ਇਹ ਸਭ ਤੋਂ ਪਤਾ ਗੱਲ ਕੀ ਹੈ, ਇਹ ਜਿਹੜੀ ਗੱਲ ਬਿਲਕੁਲ ਬੇਬੁਨਿਆਦ ਕਿਸੇ ਨੂੰ ਇਹ ਗੱਲ ਕਰਕੇ ਜਸਟੀਫਾਈ ਕਰ ਦੇਣਾ ਵੀ ਉਹ ਤਾਂ ਘਰੋਂ ਗਰੀਬ ਬੜਾ, ਉਹਨੂੰ ਕਿਸੇ ਨੇ ਮਿਸਯੂਜ਼ ਕਰ ਲਿਆ। ਮਿਸਯੂਜ਼ ਕਰਦੀਆਂ ਨੇ ਰਾਜਨੀਤਿਕ ਪਾਰਟੀਆਂ, ਬੰਦਾ ਭੜਕਦਾ ਹੈ। ਪਰ ਇਸੇ ਕਰਕੇ ਸਾਡੇ ਕੋਲ ਇੱਕ ਬ੍ਰੇਨ ਆ, ਸਾਨੂੰ ਅਵੇਅਰ ਹੋਣ ਦੀ ਲੋੜ ਆ। ਅਸੀਂ ਗੁਨਾਹਗਾਰ ਨੂੰ ਜਸਟੀਫਾਈ ਨਹੀਂ ਕਰ ਸਕਦੇ, ਕਿਉਂਕਿ ਗਲਤੀ ਦੀ ਮਾਫ਼ੀ ਹੋ ਸਕਦੀ ਹੈ, ਗੁਨਾਹ ਦੀ ਮਾਫ਼ੀ ਨਹੀਂ ਹੁੰਦੀ, ਗੁਨਾਹ ਦੀ ਸਿਰਫ ਸਜ਼ਾ ਹੁੰਦੀ। ਅਗਰ ਇੱਕ ਗੁਨਾਹ ਨੂੰ ਆਪਾਂ ਮਾਫ਼ ਕਰਦੇ ਨਾ ਤਾਂ ਦੂਜੇ ਗੁਨਾਹ ਨੂੰ ਜਨਮ ਦਿੰਦਾ। ਸਹੀ ਤੋ ਸਮਾਜ ਦੇ ਵਿੱਚ ਵਿਚਰਨ ਲਈ ਉਹਦੇ ਨਾਲ ਐਂਡ ਹੋਇਆ ਮੁਕਾਬਲਾ ਝੂਠਾ ਹੈ ਸੱਚਾ ਹੈ, ਉਹ ਇੱਕ ਜਾਂਚ ਦਾ ਵਿਸ਼ਾ, ਤੁਸੀਂ ਜਾਂਚ ਦੀ ਮੰਗ ਕਰ ਸਕਦੇ ਹੋ ਇਨਸਾਨੀਅਤ ਦੇ ਤੌਰ ਤੇ। ਪਰ ਇਹ ਗੱਲ ਕਹਿ ਦੇਣੀ ਵੀ ਉਹ ਸ਼ਹੀਦ ਆ ਵੀ ਉਹਦਾ ਤੇ ਮਤਲਬ ਉਹਨੇ ਸਿੱਖ, ਜਦੋਂ ਤੁਸੀਂ ਇੱਕ ਧਰਮ ਨੂੰ ਨਾਲ ਜੋੜ ਕੇ ਗੱਲ ਕਰਦੇ ਹੋ ਫਿਰ ਤੁਹਾਨੂੰ ਉਹਦੀ ਧਰਮ ਬਾਰੇ ਪ੍ਰਾਪਤੀ ਕਿਹੜਾ ਉਹਨੇ ਸੰਘਰਸ਼ ਕੀਤਾ ਹੈ, ਸਿੱਖੀ ਦਾ ਨਾਂ ਕਿਹੜੇ ਪਾਸੇ ਉਹਨੇ ਉੱਚਾ ਕੀਤਾ ਹੈ, ਔਰ ਉਹਦੀ ਦੇਣ ਕੀ ਹੈ ਸਿੱਖੀਜ਼ਮ ਨੂੰ, ਕਿਹੜੇ ਸੰਘਰਸ਼ ਪਿੱਛੇ ਲੜਦਾ ਉਹ ਸ਼ਹੀਦ ਹੋ ਗਿਆ। ਜੇ ਉਹਨੇ ਇੱਕ ਫੇਸਬੁੱਕ ਤੇ ਪੋਸਟ ਪਾਤੀ ਮੈਂ ਖਾਲਿਸਤਾਨੀ ਆ, ਤੇ ਇਹ ਵੀ ਕੋਈ ਗੱਲ ਜਸਟੀਫਾਈ ਨਹੀਂ ਕਰਦੀ। ਖਾਲਿਸਤਾਨੀ ਹੋਣਾ ਸਿੱਖ ਹੋਣਾ ਇਹ ਜ਼ਰੂਰੀ ਨਹੀਂ ਵੀ ਜਿਹੜਾ ਸਿੱਖ ਹੈ ਉਹਦਾ ਖਾਲਿਸਤਾਨੀ ਹੋਣਾ ਜ਼ਰੂਰੀ ਹੈ, ਇੱਕ ਜ਼ਰੂਰੀ ਨਹੀਂ ਹੈਗੀ। ਖਾਲਿਸਤਾਨ ਇੱਕ ਵੱਖਰਾ ਵਿਸ਼ਾ, ਸਿੱਖੀ ਕਿਸੇ ਬਾਉਂਡਰੀ ਦੀ ਮੁਤਾਜ ਨਹੀਂ ਹੈਗੀ, ਕਿਸੇ ਸਰਹੱਦ ਦੀ ਮੁਤਾਜ ਨਹੀਂ ਹੈਗੀ ਵੀ ਉਹ ਧਰਤੀ ਤੇ ਲੀਹ ਖਿੱਚ ਕੇ ਇੱਕ ਕੋਨੇ ਦੇ ਉੱਤੇ ਜਿਹੜੀ ਜਿਹਨੂੰ ਕੋਈ ਖਾਲਿਸਤਾਨ ਦਾ ਨਾਮ ਦੇ ਦੋ ਕਿਤੇ ਸਿੱਖੀ ਤਾਂ ਇੰਪਲੀਮੈਂਟ ਹੋਏਗੀ। ਮੇਰੇ ਖਿਆਲ ਨਾਲ ਜਿਹੜਾ ਧਰਮ ਆ ਜਿਹੜਾ ਰਿਲੀਜਨ ਹੈ ਉਹ ਵਿਸ਼ਾਲ ਆ, ਉਹਨੂੰ ਸਰਹੱਦ ਬੰਨਿਆਂ ਦੀ ਲੋੜ ਨਹੀਂ ਹੈਗੀ। ਸਾਡੇ ਲੋਕ ਅਮਰੀਕਾ ਚ ਵਸੇ ਨੇ, ਕੈਨੇਡਾ ਚ ਵਸੇ ਨੇ, ਇੰਡੀਆ ਚ ਵਸੇ, ਮੇਰੇ ਖਿਆਲ ਨਾਲ ਉਹਨੂੰ ਕਿਸੇ ਧਰਤੀ ਦੇ ਖਾਸ ਟੁਕੜੇ ਦੀ ਲੋੜ ਆ। ਜੀ ਸੋ ਧਾਰਮਿਕ ਭਾਵਨਾਵਾਂ ਵੀ ਅਜੀਬ ਹੈ। ਜੇ ਗੁਰਦੁਆਰੇ ਦੇ ਸਾਹਮਣੇ ਮੀਟ ਦੀ ਦੁਕਾਨ ਖੁੱਲ ਜਾਵੇ ਤਾਂ ਘੰਟਿਆਂ 'ਚ ਹੀ ਭੜਕ ਜਾਂਦੀਆਂ, ਪਰ ਸਾਲਾਂ ਤੋਂ ਗੁਰਦੁਆਰੇ ਦੇ ਅੰਦਰ ਬੱਕਰੇ ਝਟਕਾਉਣ ਨੂੰ ਕਿਸੇ ਨਾ ਕਿਸੇ ਧਾਰਮਿਕ ਰਵਾਇਤ ਦਾ ਨਾਂ ਮਿਲ ਜਾਂਦਾ ਹੈ। ਬੜੇ ਸਿਆਸੀ ਹੋ ਗਏ ਹਾਂ ਅਸੀਂ, ਧਰਮੀਆਂ ਦੇ ਹਿਰਦੇ ਫਾਇਦੇ ਲਈ ਬਲੂੰਦਰੇ ਜਾਂਦੇ ਨੇ ਤੇ ਫਾਇਦੇ ਲਈ ਸ਼ਾਂਤ ਹੁੰਦੇ ਆ। ਇਹ ਗੱਲ ਤੁਸੀਂ ਲਿਖੀ ਹੈ। ਹਾਂਜੀ, ਥੋੜੇ ਦਿਨ ਪਹਿਲਾਂ ਲਿਖੀ, ਇਹ 'ਚ ਕੋਈ ਦੋ ਰਾਏ ਨਹੀਂ। ਮੇਰੇ ਖਿਆਲ ਨਾਲ ਜੇ ਤੁਹਾਡੇ ਕੋਈ ਰੂਲ ਰੈਗੂਲੇਸ਼ਨ ਹੈਗੇ ਨੇ, ਤੁਹਾਡਾ ਕੋਈ ਪ੍ਰੋਟੋਕਾਲ ਹੈਗਾ ਤਾਂ ਸਭ ਲਈ ਸੇਮ ਹੋਣਾ ਚਾਹੀਦਾ ਜੀ। ਇਹ ਗੱਲ ਸਹੀ ਹੈ ਵੀ ਜੇ ਗੁਰਦੁਆਰੇ ਦੀ ਗਲੀ 'ਚ ਮੀਟ ਦੀ ਦੁਕਾਨ ਖੁੱਲ ਜਾਵੇ ਤੇ ਸਾਡੀਆਂ ਭਾਵਨਾਵਾਂ ਭੜਕਦੀਆਂ ਨੇ, ਅਸੀਂ ਕਹਿੰਦੇ ਵੀ ਇਹ ਕਿੱਦਾਂ ਹੋ ਗਿਆ। ਪਰ ਜੇ ਗੁਰਦੁਆਰੇ ਦੇ ਅੰਦਰ ਬੱਕਰੇ ਝਟਕਾਏ ਜਾਣ ਤੇ ਉਹਨੂੰ ਅਸੀਂ ਜ਼ਰੂਰ ਕਿਸੇ ਨਾ ਕਿਸੇ ਰਵਾਇਤ ਦਾ ਨਾਂ ਦੇ ਦਿੰਦੇ, ਕਿਸੇ ਰਸਮ ਦਾ ਨਾਂ ਦੇ ਦਿੰਦੇ ਵੀ ਇਹ ਇੱਦਾਂ ਨਹੀਂ, ਇੱਦਾਂ ਐ ਨਹੀਂ ਹੋਣਾ ਚਾਹੀਦਾ। ਮੇਰੇ ਖਿਆਲ ਨਾਲ ਜਿਹੜੀ ਵਿਚਾਰਧਾਰਾ ਤੁਹਾਡੀ ਇੱਕ ਹੀ ਹੋਣੀ ਚਾਹੀਦੀ ਹੈ ਵੀ ਤੁਸੀਂ ਮੀਟ ਖਾਂਦੇ ਹੋ ਜਾਂ ਨਹੀਂ ਖਾਂਦੇ ਹੋ, ਜੀਵ ਹੱਤਿਆ ਪਾਪ ਹੈ ਜਾਂ ਨਹੀਂ ਹੈ। ਮਤਲਬ ਕਿ ਜਦੋਂ ਇਸ ਚੀਜ਼ ਨੂੰ ਇਸ ਮਾਪਦੰਡ ਦੇ ਨਾਲ ਤੋਲੋਗੇ ਤੇ ਫਿਰ ਤੁਹਾਨੂੰ ਇੱਕ ਪਾਸੇ ਤੇ ਲੱਗਣਾ ਪਊਗਾ ਨਾ। ਅਸੀਂ ਹਰ ਚੀਜ਼ ਦੇ ਉੱਤੇ ਮਤਲਬ ਕਿ ਡਬਲ ਸਟੈਂਡਰਡ ਜਿਹੜਾ ਕਰ ਲੈਨੇ, ਇੱਕ ਕਨਫਿਊਜ਼ਨ ਪੈਦਾ ਕਰਦਾ ਆਮ ਲੋਕਾਂ ਦੇ ਵਿੱਚ, ਪੂਰੀ ਜਿਹੜੀ ਸਿੱਖ ਕਮਿਊਨਿਟੀ ਉਹਦੇ ਵਿੱਚ ਵੀ ਕਰਦਾ। ਬਹੁਤ ਲੋਕ ਨੇ ਜਿਨ੍ਹਾਂ ਨੂੰ ਰਸਤਾ ਨਹੀਂ ਪਤਾ ਹੁੰਦਾ, ਹਰ ਬੰਦਾ ਵੀ ਅਵੇਅਰ ਨਹੀਂ ਹੁੰਦਾ। ਇੱਕ ਬੰਦੇ ਨੂੰ ਕੋਈ ਸਿਹਤ ਦੇ ਨਾਲ ਕੋਈ ਚੀਜ਼ ਚਾਹੀਦੀ, ਹੁਣ ਦੋਵੇਂ ਬੰਨਿਓ ਮੈਂ ਇੱਥੇ ਵੱਡੇ ਵੱਡੇ ਕਥਾਕਾਰ ਵੇਖਿਆ ਸਿੱਧੂ ਸਾਹਿਬ, ਉਹਨਾਂ ਦੀ ਜਿਹੜੀ ਜਦੋਂ ਕਥਾ ਕਰਦੇ ਨਾ, ਜਿਹੜੀ ਪਹਿਲੀ ਗੱਲ ਹੁੰਦੀ ਹੈ ਨਾ ਉਹ ਜਦੋਂ ਦੂਜੀ ਗੱਲ ਕਰਦੇ ਤੇ ਪਹਿਲੀ ਗੱਲ ਦੂਜੀ ਗੱਲ ਨੂੰ ਕੱਟਦੀ ਤੇ ਦੂਜੀ ਗੱਲ ਪਹਿਲੀ ਗੱਲ ਨੂੰ ਕੱਟਦੀ। ਜੀ ਬੋਲੋ ਜੀ ਭਾਈ। ਹਾਂਜੀ ਬੋਲੋ। ਜਿਹੜੀ ਜ਼ਿਆਦਾਤਰ ਜਨਤਾ ਬੈਠੀ ਉਹ ਪਹਿਲੀ ਗੱਲ ਤੇ ਵੀ ਵਾਹਿਗੁਰੂ ਬੋਲ ਦਿੰਦੀ ਤੇ ਦੂਜੀ ਗੱਲ ਤੇ ਵਾਹਿਗੁਰੂ ਬੋਲ ਦਿੰਦੀ, ਪਰ ਕਿਸੇ 'ਚ ਇੰਨੀ ਹਿੰਮਤ ਨਹੀਂ ਹੁੰਦੀ ਵੀ ਅਸੀਂ ਉੱਠ ਕੇ ਇਹਨੂੰ ਕਿੰਤੂ ਕਰ ਦਈਏ ਇਸ ਗੱਲ ਤੇ। ਜਿਹੜੀ ਤੇਰੀ ਪਹਿਲੀ ਗੱਲ ਦੂਜੀ ਦੀ ਕਾਟ ਕਰਦੀ ਏ, ਦੂਜੀ ਗੱਲ ਪਹਿਲੀ ਦੀ ਕਾਟ ਕਰਦੀ ਏ, ਵੀ ਇਹ ਕਿਸ ਤਰ੍ਹਾਂ ਪੋਸੀਬਿਲਿਟੀ ਹੋ ਸਕਦੀ ਹੈ? ਉਹ ਲੋਕ ਸੁਣਦੇ ਨੇ। ਮੈਂ ਕਹਿੰਦਾ ਵੀ ਜੇ ਤੁਸੀਂ ਕਹਿੰਦੇ ਨਾ ਵੀ ਜੀਵਨ ਜਾਚ ਆ, मैं ये जिहड़ियां गल्लां कहण वाले ने सिर्फ इहनां दे बुल्लां तक रहिंदियां वो जाच अजे इहनां खुद नहीं सीखी जी जिहड़ी जीवन जाच है। ते इसे करके एक क्लीयर पारदर्शिता होनी चाहिए भी असीं किसी भी मसले ते किथे खड़े हां। ਇਹ ਗੱਲ ਨਹੀਂ ਵੀ ਜ਼ਰੂਰਤ ਮੁਤਾਬਕ ਸਾਡੀਆਂ ਭਾਵਨਾਵਾਂ ਅਸੀਂ ਭੜਕਾ ਲੈਂਦੇ ਹਾਂ, ਜ਼ਰੂਰਤ ਮੁਤਾਬਕ ਅਸੀਂ ਸ਼ਾਂਤ ਰੱਖਦੇ ਹਾਂ। ਉਹ ਇਹ ਚੀਜ਼ਾਂ ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਹਨਾ ਜੀ। ਤੇ ਇਹਨਾਂ ਨਾਲ ਬਹਿਸ ਹੋ ਜਾਂਦੀ ਜਦੋਂ ਤੁਹਾਨੂੰ ਪਤਾ ਇੱਕ ਲੰਡਨ ਦੇ ਵਿੱਚ ਹਮਲਾ ਹੋ ਗਿਆ ਸੀ ਕੁਲਦੀਪ ਸਿੰਘ ਬਰਾੜ ਤੇ ਹਨਾ, ਜਿਹੜੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਇਨਵੋਲਵ ਸੀ, ਇੰਡੀਅਨ ਆਰਮੀ ਦੇ ਅਫੀਸਰ ਸੀਗੇ। ਉਹ ਜਦੋਂ ਹਮਲਾ ਹੋ ਗਿਆ ਸੀ ਨਾ ਤੇ ਜਿਹੜੀਆਂ ਖਾਲਸਤਾਨੀ ਧਿਰਾਂ ਨੇ ਇੱਥੇ ਡਾਕਟਰ ਅਮਰਜੀਤ ਅਰਗੇ ਸਭੀ ਮੈਂ ਨਾਲ ਆਇਆ ਤੇ ਮੈਨੂੰ ਕੋਈ ਸ਼ੱਕ ਨਹੀਂ, ਇਹਨਾਂ ਨੇ ਸ਼ਰੇਆਮ ਅਗਲੇ ਦਿਨ ਬਿਨਾਂ ਕਿਸੇ ਜਾਂਚ ਤੋਂ ਬਿਨਾਂ ਕਿਸੇ ਇਨਕੁਆਇਰੀ ਤੋਂ ਇਹਨਾਂ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਆਪਦੇ ਟੀਵੀ ਚੈਨਲਾਂ ਤੇ ਸਟੇਟਮੈਂਟਾਂ ਦੇ ਦਿੱਤੀਆਂ ਵੀ ਇਹ ਜਿਹੜਾ ਹਮਲਾ ਹੈ ਇਹ ਭਾਰਤੀ ਏਜੰਸੀਆਂ ਦਾ ਕੰਮ ਹੈ ਔਰ ਉਹ ਇਸ ਕਰਕੇ ਕਰਾਇਆ ਗਿਆ ਕਿ ਸਿੱਖਾਂ ਨੂੰ ਇੰਗਲੈਂਡ, ਅਮਰੀਕਾ, ਕੈਨੇਡਾ ਬਦਨਾਮ ਕੀਤਾ ਜਾ ਸਕੇ ਵੀ ਇਹ ਕ੍ਰਿਮੀਨਲ ਮਾਈਂਡ ਦੇ ਲੋਕ ਨੇ। ਇਹ ਹਮਲਾ ਟੋਟਲ ਫੇਕ ਸੀਗਾ, ਆਪਣੇ ਆਪ ਕਰਾਇਆ ਗਿਆ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ। ਇਹਨਾਂ ਗੱਲਾਂ ਨੂੰ ਲੈ ਕੇ ਮੇਰੀ ਇਹਨਾਂ ਨਾਲ ਤਨਕੀਦ ਵੀ ਹੋਈ ਪਰ ਇਹ ਮੰਨੇ ਨਹੀਂ। ਪਰ 4 ਮਹੀਨਿਆਂ ਬਾਅਦ ਸਿੱਧੂ ਸਾਹਿਬ ਕੀ ਹੁੰਦਾ ਵੀ ਉਹ ਚਾਰੇ ਬੰਦੇ ਫੜੇ ਜਾਂਦੇ ਨੇ, ਇੱਕ ਕੁੜੀ ਇਨਵੋਲਵ ਤੇ 4 ਸਿੱਖ ਨੌਜਵਾਨ ਸੀਗੇ ਹਨਾ, ਉਹ ਫੜੇ ਗਏ। ਔਰ ਹੁਣ ਜੇ ਤੋਂ ਇੰਡੀਆ ਨੇ ਫੜੇ ਹੁੰਦੇ ਤੇ ਆਪਾਂ ਕਹਿ ਸਕਦੇ ਸੀ ਵੀ ਇਹ ਝੂਠੇ ਫੜ ਲਏ ਨੇ ਮਤਲਬ ਕਰਕੇ। ਹੁਣ ਇੰਗਲੈਂਡ ਦਾ ਕੇਸ, ਇੰਗਲੈਂਡ ਦੀ ਪੁਲਿਸ ਨੇ ਫੜੇ ਤੇ ਉਹ ਬੰਦ ਵੀ ਗਏ। ਜਦੋਂ ਫੜੇ ਗਏ ਨੇ ਫਿਰ ਇਹਨਾਂ ਉਹਨਾਂ ਤੇ ਫੰਡ ਰੇਵਨਿਊ ਦਾ ਪ੍ਰੋਗਰਾਮ ਸ਼ੁਰੂ ਕਰਤਾ। ਫਿਰ ਉਹੀ ਡਾਕਟਰ ਸਾਹਿਬ ਤੇ ਉਹੀ ਤਰ੍ਹਾਂ NGO ਤੇ ਸਾਡੀ ਕੌਮ ਦੇ ਯੋਧੇ ਨੇ ਸਾਡੀ ਲੱਠੀ ਪੱਗ ਸਿਰ ਤੇ ਲਾਈ, ਇਹਨਾਂ ਬਰਾੜ ਨੂੰ ਦੱਸਤਾ ਵੀ ਹੀ ਜਿਉਂਦੇ ਆ। ਤੇ ਫਿਰ ਉਦੋਂ ਵੀ ਮੈਂ ਪੋਸਟ ਵੀ ਪਾਈ ਤੇ ਮੈਂ ਰੇਡੀਓ ਤੇ ਵੀ ਉਦੋਂ ਬੋਲਿਆ ਸੀ ਜੀ ਤੁਹਾਡੀ ਇਹ ਸਟੇਟਮੈਂਟ ਵੀ ਉਹ ਏਜੰਸੀਆਂ ਦੇ ਬੰਦੇ ਸੀ ਜਿਨ੍ਹਾਂ ਨੇ ਬਰਾੜ ਤੇ ਹਮਲਾ ਕੀਤਾ ਤੇ ਏਜੰਸੀਆਂ ਨੇ ਕਰਾਇਆ। ਜੇ ਵਾਕਿਆ ਏਜੰਸੀਆਂ ਦੇ ਬੰਦੇ ਸੀ ਤੁਹਾਨੂੰ ਮਦਦ ਮੰਗਣ ਦੀ ਕੀ ਲੋੜ ਏਜੰਸੀਆਂ ਦੇ ਬੰਦਿਆਂ ਵਾਸਤੇ, ਤੁਸੀਂ ਕਿਉਂ ਹੈਲਪ ਮੰਗ ਰਹੇ ਹੋ ਵੀ ਇਹਨਾਂ ਸੇ ਫੰਡ ਇਕੱਠਾ ਕਰੀਏ, ਇਹਨਾਂ ਦੀ ਕੇਸ ਲੜੀਏ, ਆਪਾਂ ਇਹਨਾਂ ਸੇ ਵਕੀਲ ਖੜਾ ਕਰੀਏ। ਤੁਹਾਨੂੰ ਮਤਲਬ ਏਜੰਸੀਆਂ ਦੇ ਬੰਦਿਆਂ ਵਾਸਤੇ ਵਕੀਲ ਖੜੇ ਕਰਨ ਦੀ ਲੋੜ ਨਹੀਂ ਹੈਗੀ। ਤੋਂ ਹਰ ਚੀਜ਼ ਤੇ ਸਾਡੀ ਸਟੇਟਮੈਂਟ ਬਦਲ ਜਾਂਦੀ ਹੈ, ਸਾਡਾ ਮਾਈਂਡ ਬਦਲ ਜਾਂਦਾ। ਮਤਲਬ ਕਿ ਅਸੀਂ ਅੱਗ ਨੂੰ ਠੰਡੀ ਨਹੀਂ ਹੋਣ ਦੇਣਾ, ਸਾਨੂੰ ਜਿੱਧਰੋਂ ਮਿਲਦਾ ਨਾ ਵੀ ਅਸੀਂ ਕਲੀਅਰ ਨਹੀਂ ਹੋਣ ਦੇਣਾ, ਜੋ ਮਰਜ਼ੀ ਕਹਿਣਾ ਪਵੇ ਜੀ। ਤੁਹਾਡੇ ਮੈਂ ਸਟੇਟਸ ਹੀ ਹੈ ਜਿਹੜੇ ਅੱਜ ਸਰੋਤਿਆਂ ਨਾਲ ਸਾਂਝੇ ਕਰਨੇ ਆ ਤੇ ਉਸ ਤੋਂ ਬਾਅਦ ਤੁਹਾਡੇ ਵਿਊ ਉਹਦੇ ਤੇ ਜਾਣੂਗਾ। ਸਰੋਤਿਆਂ ਦੇ ਵਾਸਤੇ ਖੁੱਲੀ ਛੁੱਟੀ ਹੈ ਕਿ ਤੁਸੀਂ ਸੱਜਣੋ ਕਾਲ ਕਰ ਸਕਦੇ ਹੋ, ਬਸ ਇਹ ਹੈ ਕਿ ਸੰਖੇਪ ਚ ਗੱਲ ਰੱਖਿਓ। ਸ਼ਬਦਾਂ ਦੀ ਚੋਣ ਹੈ ਜਿਹੜੀ ਉਹ ਤੁਹਾਨੂੰ ਪਹਿਲ ਦੇ ਆਧਾਰ ਤੇ ਚੰਗੇ ਸ਼ਬਦਾਂ ਦੀ ਕਰਨੀ ਪੈਣੀ ਹੈ। ਸੋ ਲਾਈਨਾਂ ਵੀ ਖੁੱਲੀਆਂ ਨੇ, ਦਿਲ ਵੀ ਖੁੱਲ੍ਹਾ ਤੇ ਖੁੱਲੇ ਦਿਮਾਗ ਨਾਲ ਅੱਜ ਦੇ ਸ਼ੋਅ ਦੇ ਵਿੱਚ ਬਾਈ ਪ੍ਰਗਟਜੀਤ ਹੋਰਾਂ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ। ਬਸ ਟਾਈਮ ਨਹੀਂ ਖੁੱਲ੍ਹਾ ਸਾਡੇ ਕੋਲੇ, ਇੰਨੀ ਗੱਲ ਹੈ। ਸੋ ਸਾਇੰਸ ਜੁੜੀ ਹੋਈ ਹੈ ਸਿੱਖ ਧਰਮ ਨਾਲ ਤੇ ਸਿੱਖ ਧਰਮ ਜੁੜਿਆ ਹੋਇਆ ਸਾਇੰਸ ਨਾਲ, ਅਸੀਂ ਅੱਜ ਤੱਕ ਇਹੀ ਪੜ੍ਹਿਆ। ਪਰ ਤੁਹਾਡਾ ਸਟੇਟਸ ਜਿਹੜਾ ਇਹ ਕਹਿੰਦਾ ਕਿ ਧੁੰਮਾ ਗਰੁੱਪ ਦਾ ਮਾਨਤਾ ਪ੍ਰਾਪਤ ਕਥਾਵਾਚਕ ਭਾਈ ਬੰਤਾ ਸਿੰਘ ਦਾ ਕਲਿੱਪ ਦੇਖ ਰਿਹਾ ਸੀ, ਜਿਹਦੇ ਵਿੱਚ ਭਾਈ ਸਾਹਿਬ ਸਾਇੰਸ ਤੇ ਟਿੱਪਣੀ ਕਰਦੇ ਹੋਏ ਕਹਿੰਦੇ ਆ ਕਿ ਸਾਇੰਸ ਦੀ ਕੀ ਔਕਾਤ ਹੈ। ਜਸ ਸਿੰਘ ਨੇ ਵੀਡੀਓ ਸ਼ੇਅਰ ਕੀਤਾ, ਉਹ ਵੀਰ ਨੇ ਵੀ ਇਹੋ ਟਾਈਟਲ ਦਿੱਤਾ ਸੀ ਕਿ ਸਾਇੰਸ ਦੀ ਕੀ ਔਕਾਤ ਹੈ। ਮੇਰਾ ਭਾਈ ਸਾਹਿਬ ਬੰਤਾ ਸਿੰਘ ਨੂੰ ਇੰਨਾ ਹੀ ਕਹਿਣਾ ਹੈ ਕਿ ਜੇ ਸਾਇੰਸ ਦੀ ਇੰਨੀ ਔਕਾਤ ਹੈ ਕਿ ਜੇ ਸਾਇੰਸ ਦੀ ਕਾਢ ਮਾਈਕ ਰਾਹੀਂ ਤੁਸੀਂ ਸਪੀਕਰ 'ਚ ਬੋਲ ਰਹੇ ਹੋ, ਜੇ ਤੁਹਾਡੇ ਕੋਲ ਚੁੱਕ ਲਿਆ ਜਾਵੇ ਤਾਂ ਤੁਹਾਡੀ ਲੱਛੇਦਾਰ ਸਕ੍ਰਿਪਟ ਲੋਕਾਂ ਦੇ ਕੰਨਾਂ 'ਚ ਨਹੀਂ ਪੈ ਸਕਦੀ। ਸਾਇੰਸ ਨੂੰ ਸਾਇੰਸ ਹੋਣ ਲਈ ਧਰਮ ਦੀ ਲੋੜ ਨਹੀਂ ਤੇ ਧਰਮ ਨੂੰ ਧਰਮ ਹੋਣ ਦੇ ਵਾਸਤੇ ਸਾਇੰਸ ਦੀ ਲੋੜ ਨਹੀਂ। ਬੜਾ ਸੋਹਣਾ ਇਹ ਮੈਨੂੰ ਲੱਗਿਆ ਤੁਹਾਡਾ ਕਿ ਦਲੀਲ ਦੇ ਨਾਲ ਗੱਲ ਕੀਤੀ ਹੈ, ਤੁਸੀਂ ਅਗਲੇ ਦੀ ਗੱਲ ਵੀ ਕੀਤੀ, ਉਹਨੂੰ ਕਾਊਂਟਰ ਵੀ ਕੀਤਾ। ਉਸ ਤੋਂ ਬਾਅਦ ਫਿਰ ਤੁਹਾਨੂੰ ਕਿਹੜਾ ਸਰਟੀਫਿਕੇਟ ਮਿਲਿਆ? ਮੈਂ ਤੁਸੀਂ ਆਪ ਹੀ ਸਟੇਟਸ ਪੜਿਆ, ਤੁਸੀਂ ਮੇਰੇ ਸ਼ਬਦਾਂ ਦੀ ਚੋਣ ਵੇਖੀ, ਉਹਨੂੰ ਮੈਂ ਫਿਰ ਵੀ ਭਾਈ ਸਾਹਿਬ ਕਹਿ ਕੇ ਮੁਖਾਤਬ ਕੀਤਾ। ਮੈਂ ਉਹਦੇ ਮੂੰਹ ਜੋ ਨਿਕਲਿਆ ਮੈਂ ਉਸ ਗੱਲ ਦਾ ਵਿਰੋਧ ਹੈ, ਮੇਰੀ ਉਹਦੇ ਨਾਲ ਨਿੱਜੀ ਵਿਰੋਧਤਾ ਨਹੀਂ ਹੈਗੀ। ਮੈਂ ਉਹਨੂੰ ਕੋਈ ਅਪਸ਼ਬਦ ਨਹੀਂ ਬੋਲੇ ਹਨਾ, ਜਿਸ ਤਰ੍ਹਾਂ ਲੋਕ ਸੋਸ਼ਲ ਮੀਡੀਆ ਤੇ ਮੋਸਟਲੀ ਭਾਸ਼ਾ ਯੂਜ਼ ਕਰਦੇ ਨੇ ਉਦਾਂ ਦੀ ਭਾਸ਼ਾ ਯੂਜ਼ ਨਹੀਂ ਕੀਤੀ ਹਨਾ। ਪਰ ਇਹ ਸਵਾਲ ਤਾਂ ਹੈ ਨਾ, ਇੱਕ ਮਤਲਬ ਕਿ ਸਾਇੰਸ ਕਦੀ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੀ ਹਨਾ, ਜੋ ਮਰਜ਼ੀ ਹੋ ਜੇ ਉਹਨਾਂ ਦਾ ਇੱਕ ਆਪਣਾ ਕੰਮ ਹੈ। ਪਹਿਲੀ ਤਾਂ ਗੱਲ ਸਿੱਧੂ ਸਾਹਿਬ ਨੇ ਇਸ ਗੱਲ ਨਾਲ ਸਹਿਮਤ ਨਹੀਂ, ਧਰਮ ਕੋਈ ਵੀ ਸਾਇੰਸਫਿਕ ਨਹੀਂ ਹੋ ਸਕਦਾ, ਇਹ ਸਾਨੂੰ ਝੂਠ ਬੋਲਿਆ ਜਾਂਦਾ ਕਿਉਂਕਿ ਧਰਮ ਟਿਕਿਆ ਆਸਥਾ ਦੇ ਸਿਰ ਤੇ। ਜਿੱਥੇ ਆਸਥਾ ਖਤਮ ਹੋ ਜਾਂਦੀ ਉੱਥੋਂ ਸਾਇੰਸ ਸ਼ੁਰੂ ਹੋ ਜਾਂਦੀ ਜੀ। ਵਿਗਿਆਨ ਦਾ ਆਸਥਾ ਨਾਲ ਕੋਈ ਲੈਣ ਦੇਣ ਨਹੀਂ, ਵਿਗਿਆਨ ਦੀ ਕੋਈ। ਇੱਕ ਮਿੰਟ ਸੌਰੀ ਮੈਂ ਤੁਹਾਨੂੰ ਇੰਟਰਪਟ ਕਰਦਾ ਜੀ, ਮੇਰੇ ਨਾਲ ਸਰੋਤੇ ਨੇ। ਸੋ ਕੋਕਰੀ ਹੋਰੇ ਲੱਗਦੇ ਆ, ਮੈਂ ਦੇਖਦਾ। ਹਾਂਜੀ ਕੋਕਰੀ ਸਾਹਿਬ ਸਵਾਗਤ। ਸਤਿ ਸ਼੍ਰੀ ਅਕਾਲ ਬਾਈ ਜੀ। ਕੋਕਰੀ ਸਾਹਿਬ ਇੱਕ ਕੰਮ ਕਰੋ ਜੀ, ਫੋਨ ਸੈੱਟ ਕਰਾਓ, ਤੁਹਾਡੀ ਗੱਲ ਨਹੀਂ ਸਾਡੇ ਤੱਕ ਪਹੁੰਚ ਰਹੀ ਪ੍ਰੋਪਰ ਅੱਜ ਤੱਕ ਕਰੋ, ਪਰ ਗੱਲ ਨੂੰ ਫੋਨ ਜ਼ਰੂਰ ਲੈ ਕੇ ਆਓ ਨਾ ਜਾਂ ਬੇਸਮੈਂਟ ਤੋਂ ਬਾਹਰ ਆ ਜਾ ਕਰੋ। ਹਾਂਜੀ ਹੁਣ ਠੀਕ ਹੈ ਜੀ। ठीक है ते मैं ये करना फोन और जेरे नाम सुने हैं तो बच्चों को कुछ नहीं चाहूँ नहीं थोड़ी गल पल्ले नहीं पै रही जी साडे माफी चाहांगे थोड़ी आवाज कटदी है कोकरी साहब इस करके कॉल कटनी पै रही है जो कोई होर नंबर है तो उस तो ट्राई करो जी थोड़ी आवाज नहीं साडे तक प्रॉपर पहुंच रही। हां जी संत साहब तुसी अपनी गल नूं पूरा करो प्लीज। हाँ जी सॉरी इन्हों की गल वाकई नहीं समझ आ रही आवाज ब्रेक हो रही सी। हाँ जी नहीं मैं ये गल कह रहा सी ये गल सही है जिथे आस्था खत्म हुंदी उत्थों विज्ञान शुरू हुंदी है ना असि धक्के नाल विज्ञान नाले धर्म आस्था कहते हर किसी भी किसी न किसी चीज आस्था हो सकती है मैनू इस कोई प्रॉब्लम नहीं है किसी नूं नहीं होनी चाहिए पर जो ये गल्लां कहते विज्ञान करते हो गुरु ग्रंथ साहब हजूरी च बह के और झूठ बोलते हो लोगों का ब्रेन वाश करते हो विज्ञान की तो औकात ही कुछ नहीं विज्ञान नूं की पता भी धर्म जिहड़ा हो ते 400-500 साल पहलों गल्लां कर गया जिहड़ा विज्ञान करदियां पर ये धर्म एक नहीं दावा करता सारे धर्म करते हैं पहलों गल्लां कर गया प्रडिक्शन किसी चीज की हो सकती है तुक्का हो सकता तो उहदे विच कोई 4 गल्लां सच्चियां हो जाण पर विज्ञान की जिहड़ी थ्योरी है ना ਉਹ ਤੱਥਾਂ ਦੇ ਆਧਾਰ ਤੇ ਉਹ ਸਬੂਤਾਂ ਦੇ ਆਧਾਰ ਤੇ ਜਿਹੜੀ ਵਿਗਿਆਨ ਉਸ ਚੀਜ਼ ਤੇ ਮੋਹਰ ਨਹੀਂ ਲਾ ਸਕਦੀ ਜਿਹੜੀ ਚੀਜ਼ ਪ੍ਰੂਵ ਨਹੀਂ ਕੀਤੀ ਜਾ ਸਕਦੀ ਔਰ ਉਸੇ ਚੀਜ਼ ਤੇ ਮੋਹਰ ਲਾਉਂਦੇ ਆ ਜਿਹੜੀ ਪ੍ਰੂਵ ਹੋ ਸਕਦੀ ਹੈ ਜਿਹੜੀ ਸਾਬਤ ਕੀਤੀ ਜਾ ਸਕਦੀ ਹੈ ਨਾ। ਹੁਣ ਇੱਥੇ ਇਹੋ ਹੀ ਮਸਲਾ ਵੀ ਜਦੋਂ ਅਸੀਂ ਧਰਮ ਦੇ ਉੱਤੇ ਗੱਲ ਕਰਦੇ ਹਾਂ ਤੇ ਸਾਡੇ 'ਚ ਇੱਕ ਹੀ ਹੁੰਦਾ ਵੀ ਸਵਾਲ ਨਹੀਂ ਕੀਤਾ ਜਾ ਸਕਦਾ ਇੱਕ ਵਿਗਿਆਨੀ ਕੋਈ ਕਾਢ ਕੱਢਦਾ ਨਾ ਕੋਈ ਚੀਜ਼ ਲਾਂਚ ਕਰਦਾ ਤੇ ਉਹ ਸਾਰੀ ਪਬਲਿਕ ਦੇ ਵਿੱਚ ਉਹਨੂੰ ਇੰਟਰੋਡਿਊਸ ਕਰਾਉਂਦਾ ਤੇ ਫਿਰ ਜਦੋਂ ਲੋਕੀ ਸਵਾਲ ਕਰਦੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਜਦੋਂ ਜਵਾਬ ਮਿਲ ਜਾਂਦੇ ਆ ਉਹ ਫਿਰ ਇੱਕ ਮਗਰੋਂ ਲਾਈਨ ਬੋਲਦਾ ਵੀ ਤੁਹਾਡੇ ਕੋਲ ਕੋਈ ਇਸ ਮੁਤਲਕ ਕੋਈ ਕੁਐਸਚਨ ਹੈਗਾ ਤੇ ਮੈਂ ਹੈਗਾ ਮੈਨੂੰ ਸਵਾਲ ਕਰੋ ਪਰ ਦੂਜੀ ਧਿਰੇ ਕਹਿੰਦੀ ਵੀ ਅਸੀਂ ਕਹਿੰਦੇ ਆ ਆਹ ਚੀਜ਼ ਹੈਗੀ ਤੇ ਇਹਨੂੰ ਮੰਨੋ ਸਵਾਲ ਨਾ ਪੁੱਛੋ ਸਾਨੂੰ ਸਾਡੇ ਤੋਂ ਸਬੂਤ ਨਾ ਮੰਗੋ ਜੇ ਕਹਿ ਦਿੱਤਾ ਤਾਂ ਹੈਗੀ ਆ ਆਹ ਇੱਥੇ ਮਸਲਾ ਬਾਕੀ ਉਸ ਇਸ ਡਿਬੇਟ ਚ ਪੈਣਾ ਹੀ ਨਹੀਂ ਚਾਹੀਦਾ ਵੀ ਰੱਬ ਹੈਗਾ ਕਿ ਨਹੀਂ ਹੈਗਾ ਤੇ ਬੜੀਆਂ ਗੱਲਾਂ ਨੇ ਇਹ ਕਦੀ ਖਤਮ ਹੋਣ ਵਾਲੀ ਨਹੀਂ ਪਰ ਅਸੀਂ ਉਹਨਾਂ ਗੱਲਾਂ ਤੇ ਗੱਲ ਕਰਦੇ ਜਿਹੜੀਆਂ ਸਾਡੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਜੀ ਵਿਗਿਆਨਕ ਯੁੱਗ ਆ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਵਿਗਿਆਨਕ ਸੋਚਦੇ ਹੋਣ ਵਿਗਿਆਨ ਮੈਂ ਮੰਨਦਾ ਹਰ ਬੰਦਾ ਵਿਗਿਆਨੀ ਨਹੀਂ ਬਣ ਸਕਦਾ ਪਰ ਹਰ ਬੰਦਾ ਵਿਗਿਆਨਕ ਸੋਚ ਰੱਖ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਅਸੀਂ ਆਨੇ ਵੀ ਜਿਹੜੀ ਇੱਕ ਵਿਗਿਆਨਕ ਸੋਚ ਉਪਜਣੀ ਚਾਹੀਦੀ ਹੈ ਜਿਹੜਾ ਇੱਕ ਕਰਮਕਾਂਡ ਇੱਕ ਪਖੰਡ ਇਹਦਾ ਪਸਾਰਾ ਘਟਣਾ ਚਾਹੀਦਾ ਪਰ ਜੇ ਅੱਜ ਦੀ ਸਦੀ ਦੇ ਵਿੱਚ ਬਹਿ ਕੇ ਇੱਕ ਪ੍ਰਚਾਰਕ 500-700 ਬੰਦੇ ਨੂੰ ਸੰਬੋਧਨ ਕਰਕੇ ਕਹਿੰਦਾ ਵੀ ਵਿਗਿਆਨ ਦੀ ਔਕਾਤ ਕੀ ਹੈ ਤੇ ਮੇਰੇ ਖਿਆਲ ਨਾਲ ਉਹਨੂੰ ਸਮਝਾਉਣ ਦੀ ਲੋੜ ਆ ਵੀ ਧਰਮ ਨੂੰ ਧਰਮ ਹੋਣ ਵਾਸਤੇ ਵਿਗਿਆਨ ਦੀ ਲੋੜ ਏ ਪਰ ਵਿਗਿਆਨ ਨੂੰ ਵਿਗਿਆਨ ਹੋਣ ਵਾਸਤੇ ਧਰਮ ਦੀ ਲੋੜ ਨਹੀਂ ਹੈਗੀ ਔਰ ਇਹ ਸੱਚ ਆ ਤੁਸੀਂ ਗੁਰਦੁਆਰੇ ਦੇ ਅੰਦਰ ਮੰਦਿਰ ਦੇ ਅੰਦਰ ਮਸਜਿਦਾਂ ਦੇ ਅੰਦਰ ਜਿਹੜੀ ਲਾਈਟ ਬਲ ਰਹੀ ਹੈ ਉਹ ਵਿਗਿਆਨਕ ਕਾਢ ਆ ਸਹੀ ਔਰ ਜਿਹੜੇ ਸਪੀਕਰ 'ਚ ਆਪਾਂ ਬੋਲਦੇ ਹਾਂ ਜਿਹਦੇ ਰਾਹੀਂ ਸਾਡੀ ਗੱਲ ਦੂਜਿਆਂ ਤੱਕ ਪਹੁੰਚਦੀ ਉਹ ਵੀ ਵਿਗਿਆਨਕ ਕਾਢ ਆ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਨਜ਼ਰ ਮਾਰੋ ਤੁਹਾਨੂੰ ਵਿਗਿਆਨ ਹੀ ਨਜ਼ਰ ਆਊਗੀ ਔਰ ਸਿੱਧੂ ਸਾਹਿਬ ਮੈਂ ਸੌਰੀ ਥੋੜੀ ਜਿਹੀ ਗੱਲ ਕਲੀਅਰ ਕਰਦੇ ਹਾਂ ਬਹੁਤੇ ਲੋਕਾਂ ਨੂੰ ਇਹ ਭੁਲੇਖਾ ਲੋਕੀ ਵਿਗਿਆਨ ਪਤਾ ਕਿਹਨੂੰ ਸਮਝਦੇ ਜੀ ਵੀ ਆਹ ਜਿਹੜੀਆਂ ਗੱਡੀਆਂ ਬਣ ਗਈਆਂ ਕਾਰਾਂ ਬਣ ਗਈਆਂ ਕੰਪਿਊਟਰ ਆ ਗਏ ਜਹਾਜ਼ ਬਣ ਗਏ ਵਿਗਿਆਨ ਇਹ ਵਿਗਿਆਨ ਦੀਆਂ ਖੋਜਾਂ ਨੇ ਜੀ ਵਿਗਿਆਨ ਮਨੁੱਖ ਦੇ ਨਾਲ ਪੈਦਾ ਹੋਈ ਹੈ ਤੇ ਧਰਮ ਬਹੁਤ ਚਿਰ ਬਾਅਦ ਚ ਆਇਆ ਜੀ ਵਿਗਿਆਨ ਨੂੰ ਵਿਗਿਆਨ ਦਾ ਨਾਂ ਹੋ ਸਕਦਾ ਬਹੁਤ ਲੇਟ ਮਿਲਿਆ ਵੇ ਵਿਗਿਆਨ ਇਨਵੈਂਸ਼ਨ ਦਾ ਨਾਂ ਹੈ ਵਿਗਿਆਨ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈਗਾ ਨਾ ਕੋਈ ਵਸਤੂ ਵਿਸ਼ੇਸ਼ ਆਓ ਵਿਗਿਆਨ ਇੱਕ ਇਨਵੈਂਸ਼ਨ ਦਾ ਨਾਂ ਹੈ ਵੀ ਕੋਈ ਸੋਚ ਕੇ ਇਮੈਜਿਨ ਕਰਕੇ ਤੇ ਉਸ ਚੀਜ਼ ਨੂੰ ਪ੍ਰਗਟ ਕਰ ਦੇਣਾ ਮਨੁੱਖ ਨੇ ਜਦੋਂ ਪੱਥਰ ਰਗੜ ਕੇ ਬਿਜਲੀ ਬਣਾ ਅੱਗ ਬਣਾ ਲਈ ਸੀ ਤਾਂ ਉਹ ਵੀ ਵਿਗਿਆਨ ਸੀ ਜਦੋਂ ਮਨੁੱਖ ਨੰਗਾ ਰਹਿੰਦਾ ਸੀ ਜੰਗਲਾਂ 'ਚ ਉਹਨੂੰ ਠੰਡ ਲੱਗੀ ਤੇ ਜਾਨਵਰ ਮਾਰ ਕੇ ਉਹਦੀ ਖੱਲ ਸੁਕਾ ਕੇ ਉਹਨੇ ਆਪਦਾ ਬਦਨ ਢੱਕ ਲਿਆ ਸੀ ਤੇ ਉਹ ਵੀ ਵਿਗਿਆਨ ਸੀ ਜੀ ਕਿਸੇ ਵੀ ਚੀਜ਼ ਦਾ ਜੁਗਾੜ ਲਾ ਕੇ ਕੋਈ ਪ੍ਰਬੰਧ ਕਰ ਲੈਣਾ ਔਰ ਉਹ ਇੰਪਲੀਮੈਂਟ ਕਰ ਲੈਣਾ ਉਹ ਵਿਗਿਆਨ ਆ ਤੇ ਇੱਥੋਂ ਇਹੋ ਸਾਬਤ ਹੁੰਦਾ ਵੀ ਜਿਹੜੀ ਵਿਗਿਆਨ ਉਹ ਮਨੁੱਖ ਦੇ ਨਾਲ ਪੈਦਾ ਹੋਈ ਹੈ ਤੇ ਜਿਹੜਾ ਧਰਮ ਹੈ ਜਿਹੜੀ ਇਹ ਚੀਜ਼ ਆ ਇਹ ਮਨੁੱਖ ਦੇ ਦਿਮਾਗ 'ਚੋਂ ਬਾਹਰ ਝੋਕਦੀ ਹੈ ਜਦੋਂ ਕ੍ਰਿਮੀਨਲ ਮਾਈਂਡ ਨੂੰ ਕੰਟਰੋਲ ਕਰਨ ਵਾਸਤੇ ਕੋਈ ਫੌਜ ਨਹੀਂ ਸੀ ਹੈਗੀ ਜੀ ਕੋਈ ਪੁਲਿਸ ਨਹੀਂ ਸੀ ਹੈਗੀ ਕੋਈ ਸੰਵਿਧਾਨ ਨਹੀਂ ਸੀਗਾ ਕਿਸੇ ਧਰਮ ਅਸੀਂ ਕਬਾਇਲੀ ਲੋਕ ਸਾਂ ਕਬਾਇਲੀ ਇਲਾਕਿਆਂ 'ਚ ਰਹਿੰਦੇ ਹਾਂ ਔਰ ਉਦੋਂ ਇੱਕ ਕ੍ਰਿਮੀਨਲ ਮਾਈਂਡ ਨੂੰ ਜਿਹੜੀ ਇੱਕ ਮੁਜਰਮ ਬਿਰਤੀ ਹੈ ਉਹਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਜ਼ਰੀਆ ਸੀ ਰੱਬ ਦਾ ਡਰ ਜੇ ਤੂੰ ਕਿਸੇ ਦਾ ਹੱਕ ਖਾਏਗਾ ਤੇ ਤੈਨੂੰ ਪ੍ਰਮਾਤਮਾ ਸਜ਼ਾ ਦੇਗਾ ਤੂੰ ਕਿਸੇ ਦਾ ਰੇਪ ਕਰੇਗਾ ਤੇ ਪ੍ਰਮਾਤਮਾ ਔਰ ਇਹਨੂੰ ਮੈਂ ਗਲਤ ਨਹੀਂ ਕਹਿੰਦਾ ਉਦੋਂ ਜਿਹੜਾ ਸੋਰਸ ਸੀ ਜਿਹੜੇ ਧਾਰਮਿਕ ਬੁੱਧੀਜੀਵੀ ਸੀ ਉਹਨਾਂ ਨੇ ਇਹੋ ਵਰਤਿਆ ਕਿ ਰੱਬ ਦਾ ਡਰ ਪਾ ਕੇ ਕ੍ਰਿਮੀਨਲ ਮਾਈਂਡ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੋਰ ਤੁਹਾਨੂੰ ਵੀ ਪਤਾ ਹੋਰ ਕੋਈ ਜ਼ਰੀਆ ਨਹੀਂ ਕ੍ਰਿਮੀਨਲ ਮਾਈਂਡ ਨੂੰ ਕੰਟਰੋਲ ਕਰਨ ਤੇ ਹੁਣ शायद मनुख का दिमाग विकसित हो गया है। हुण कानून बन गए ने, अदालतां बन गई, फौज बन गई है, सारा कुछ हो गया तो क्राइम फिर भी कंट्रोल नहीं हुंदा। ते रब दे नाम ते होना ही कित्थों सीगा, है ना। पर फिर भी एक डर तो घटदी ना, ये चीजा समझण दी सानूं बड़ा पिछे जाना पैंदा कि चीजा आईयां किदां, इहदी कुछ किस तरह होई। और देख लो एक सब तो वधिया गल भी, जिथे अजे तक मनुख नहीं ना पहुंचिया, जिहड़ी धरती दे कोने ते अज तक जिथे मनुख अज तक नहीं पहुंचा, उत्थे रब भी नहीं पहुंचिया। ਇਹ ਗੱਲ ਸੱਚ ਆ, ਜਿੱਥੇ ਬੰਦਾ ਗਿਆ ਰੱਬ ਵੀ ਉੱਥੇ ਹੀ ਹੈ, ਜਿੱਥੇ ਬੰਦਾ ਨਹੀਂ ਗਿਆ ਉੱਥੇ ਰੱਬ ਨਹੀਂ ਗਿਆ ਅਜੇ ਤੱਕ ਜੀ। ਉੱਥੇ ਜੀਵ ਜੰਤੂਆਂ ਨੂੰ ਨਹੀਂ ਪਤਾ ਹੈਗਾ ਵੀ ਰੱਬ ਹੈਗਾ ਕਿ ਨਹੀਂ ਹੈਗਾ। ਇਹ ਜਿੱਥੇ ਬੰਦਾ ਗਿਆ ਉੱਥੇ ਪਹੁੰਚਿਆ ਪਰਮਾਤਮਾ ਵੀ। ਇਹ ਇੱਥੋਂ ਕਦੀ ਗਾਂ ਆਪ ਸੋਚ ਲਓ ਵੀ ਗੱਲ ਕਿੱਧਰ ਨੂੰ ਜਾਂਦੀ ਹੈ ਜੀ। ਸੋ ਗੱਲਾਂ ਬਹੁਤ ਨੇ ਜੀ, ਔਰ ਧੰਨਵਾਦ ਤੁਹਾਡਾ ਉਹਨਾਂ ਸੱਜਣਾ ਦਾ ਜਿਹੜੇ ਦੋ ਤਿੰਨ ਮੈਸੇਜ ਆਏ ਨੇ ਮੈਨੂੰ, ਕਹਿੰਦੇ ਜੀ ਇਸ ਤੋਂ ਬਹੁਤ ਦੇਰ ਦੇ ਸੁਣਦੇ ਰਹਿੰਦੇ ਆ ਤੇ ਕਿਰਤਪਾਲ ਬਿਰਕ ਹੋ ਰਿਹਾ ਜਿਹੜੇ ਬਕਾਇਦਾ ਤੌਰ ਦੇ ਉੱਤੇ ਉਹਨਾਂ ਦਾ ਵੀ ਮੈਸੇਜ ਆ ਗਿਆ, ਕੁਝ ਹੋਰ ਮੈਸੇਜ ਵੀ ਆ ਰਿਹਾ। ਧੰਨਵਾਦ ਸਾਰੇ ਸੱਜਣਾ ਦਾ ਔਰ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਜੇ ਅਸੀਂ ਗੱਲ ਕਰਦੇ ਨਾ ਕਿ ਦਲੀਲ ਦੇ ਨਾਲ ਗੱਲ ਕਰਨੀ ਹੈ, ਜੇ ਦਲੀਲ ਦੇ ਨਾਲ ਤੁਸੀਂ ਸਵਾਲ ਕਰ ਸਕਦੇ ਹੋ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਬਾਈ ਹੋਰਾਂ ਦੀ ਗੱਲ ਨੂੰ ਕਾਊਂਟਰ ਕਰਨ ਦੇ ਵਾਸਤੇ ਆਓ। ਚੰਗਾ ਸਮਝਦੇ ਹੋ, ਚੰਗੀ ਗੱਲ ਕਰ ਰਹੇ ਹੋ, ਫਿਰ ਤਾਂ ਸ਼ਾਇਦ ਨਾ ਹੀ ਕਰੋ, ਕਿਉਂਕਿ ਫਿਰ ਤਾਂ ਤੁਸੀਂ ਸਹਿਮਤ ਹੋ, ਮੁੱਖ ਸਹਿਮਤੀ ਤੁਹਾਡੀ ਇਸ ਗੱਲ ਦੇ ਵਿੱਚ ਹੈ। ਤੇ ਅੱਗੇ ਜਿਹੜੀ ਗੱਲ ਹੈ ਜੀ ਕਿ ਤੁਸੀਂ ਬਾਬਾ ਸਾਰਾ ਕੰਮ ਕਰ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ, ਪੰਜਾਬ ਦੇ ਵਿੱਚ ਆਏ ਹੋਏ ਹੋ, ਤੇ ਮੈਨੂੰ ਆਹ ਵੀ ਗੱਲ ਬੜੀ ਵਧੀਆ ਲੱਗਦੀ ਹੈ ਕਿ ਲਸ਼ੇਦਾਰ ਤਕਰੀਰਾਂ ਵਿੱਚ ਕਿੰਨੇ ਜੁਮਲੇ ਸੁਣ ਬੈਠੇ ਹਾਂ, ਲਸ਼ੇਦਾਰ ਤਕਰੀਰਾਂ ਦੇ ਵਿੱਚ ਕਿੰਨੇ ਜੁਮਲੇ ਸੁਣ ਬੈਠੇ ਹਾਂ, ਚਾਹ ਵੇਚਣ ਵਾਲੇ ਦੇ ਭੁਲੇਖੇ ਖੂਨ ਪੀਣੇ ਨੂੰ ਚੁਣ ਬੈਠੇ ਹਾਂ। ਇਹ ਦੇਖੋ ਜੀ ਸਿੱਧੂ ਸਾਹਿਬ, ਸਿਸਟਮ ਆ ਇੱਕ, ਜਦੋਂ ਇੱਥੋਂ ਦੀ ਰਾਜਨੀਤੀ ਵੇਖੀ ਦੀ ਨਾ, ਪੋਲੀਟਿਕਸ ਵੇਖੀ ਦੀ ਹੈ ਤੇ ਦੁੱਖ ਹੁੰਦਾ ਅਸੀਂ ਸਰਕਲ ਚ ਵੱਜ ਗਏ। ਇੱਕ ਮਿੰਟ ਜੀ, ਇੱਕ ਕਾਲਰ ਨੇ, ਮੈਂ ਤੁਹਾਨੂੰ ਪਲੀਜ਼ ਮੈਂ ਹੋਲਡ ਤੇ ਰੱਖਦਾ। ਹਾਂਜੀ ਸਵਾਗਤ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬੜੇ ਵਧੀਆ ਵਿਚਾਰ ਆ ਭਾਜੀ ਉਹਨਾਂ ਦੇ, ਸਾਰੀ ਰਾਏ ਜਾਂ ਕਹਿ ਲਓ ਯਾਰ ਮੈਂ ਇਹਨਾਂ ਨੂੰ ਪੁੱਛੋ ਜਰਾ, ਤੇ ਮੈਂ ਵੀ ਵੈਸੇ ਮੈਂ ਕਹਿੰਦਾ ਜੇ ਦੁਨੀਆ ਦੇ ਕੋਈ ਧਰਮ ਨਾ ਹੋਵੇ ਤਾਂ ਸ਼ਾਇਦ 80% ਲੜਾਈਆਂ ਮੁੱਕ ਜਾਣਗੀ। ਲੜਾਈਆਂ ਸਿਰਫ 80% ਧਰਮਾਂ ਕਰਕੇ ਹੈ, 20% ਜਨਾਨੀਆਂ ਕਰਕੇ। ਜੀ ਵਿਊ ਲੈਣੇ ਚਾਹੁੰਦਾ ਜੀ ਮੈਂ। ਜ਼ਰੂਰ ਜੀ ਜ਼ਰੂਰ, ਥੈਂਕ ਯੂ ਜੀ ਬਾਈ ਜੀ। ਸਵਾਲ ਤੁਹਾਨੂੰ ਸੁਣ ਗਿਆ, ਜਵਾਬ ਸੁਣਾ ਦਿਓ। ਹਾਂਜੀ ਨਹੀਂ, ਇਹਨਾਂ ਦੀ ਗੱਲ ਕਿਸੇ ਹੱਦ ਤੱਕ ਸਹੀ ਹੈ, ਇਹ ਚ ਕੋਈ ਦੋ ਰਾਏ ਨਹੀਂ ਹੈਗੀ। ਔਰ ਤੁਹਾਨੂੰ ਇੱਕ ਸੋਚਣ ਦੀ ਲੋੜ ਆ ਵੀ ਅੱਜ ਵੀ ਸਾਡੀ ਤਰਾਸਦੀ ਹੈ, ਕੋਈ ਧਰਮ ਚੱਕ ਲਓ ਤੁਸੀਂ ਜੀ, ਜਿੰਨੇ ਧਾਰਮਿਕ ਪੈਗੰਬਰ ਹੋਏ ਮਰਦ ਕਿਉਂ ਹੋਏ ਜੀ, ਇਹ ਗੱਲ ਸੋਚਣ ਵਾਲੀ ਹੈ। ਧਾਰਮਿਕ ਪੈਗੰਬਰ ਔਰਤ ਵੀ ਹੋ ਸਕਦੀ ਸੀ ਨਾ, ਨਹੀਂ ਹੋਈ, ਕਿਉਂਕਿ ਇੱਥੋਂ ਇਹੋ ਹੀ ਸਾਬਤ ਹੁੰਦਾ ਵੀ ਇਹ ਮਰਦਾਂ ਦੀ ਬਣਾਈ ਖੇਡ ਸੀਗੀ ਔਰ ਮਰਦਾਂ ਵਾਸਤੇ ਸੀ, ਜਿਸ ਚ ਔਰਤ ਸਿਰਫ ਰਹਿ ਰਹੀ ਸੀ ਜੀ। ਔਰ ਉਹਦੇ ਵਿੱਚ ਉਹਦੇ ਅਜੋਗਾ ਛੱਡਿਆ ਹੀ ਨਹੀਂ ਕੁਛ। ਔਰ ਇਹ ਗੱਲ ਸਹੀ ਹੈ ਵੀ ਕੋਈ ਵੀ ਲੜਾਈ ਜਿਹੜੀ ਦੁਨੀਆ ਦੇ ਉੱਤੇ ਜਿੰਨਾ ਮਨੁੱਖੀ ਘਾਣ ਹੋਇਆ ਹੈ, ਅਗਰ ਉਹਦੇ ਤੁਸੀਂ ਅੰਕੜੇ ਕੱਢ ਲਓ, ਕਿਸੇ ਹੋਰ ਕਾਰਨ ਕਰਕੇ ਇੰਨੇ ਮਨੁੱਖ ਨਹੀਂ ਮਾਰੇ ਗਏ ਜਿੰਨੇ ਇੱਕ ਧਰਮ ਦੇ ਕਾਰਨਾਂ ਕਰਕੇ ਮਨੁੱਖ ਮਾਰੇ ਗਏ ਨੇ ਇਸ ਧਰਤੀ ਤੇ ਜੀ। ਇਸ ਚੀਜ਼ ਦਾ ਨੁਕਸਾਨ ਹੈ। ਮੈਂ ਤਾਂ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਦਾ ਨਾ ਸਿੱਧੂ ਸਾਹਿਬ, ਆਂਢੋਂ ਗੁਆਂਢੋਂ ਕਿਸੇ ਦੇ ਘਰ ਰੋਟੀ ਨਹੀਂ ਪੱਕਦੀ, ਬੱਚੇ ਦੀ ਫੀਸ ਨਹੀਂ ਦਿੱਤੀ ਜਾਂਦੀ, ਉਹਨੂੰ ਇਸ ਗੱਲ ਦੀ ਏਡੀ ਚਿੰਤਾ ਨਹੀਂ, ਪਰ ਉਹ ਗੁਆਂਢੀਆਂ ਘਰੋਂ 100 ਰੁਪਇਆ ਆਧਾਰਾ ਮੰਗ ਕੇ ਉਹਨੇ ਸੰਗਰਾਮ ਤੇ ਜ਼ਰੂਰ ਜਾਣਾ ਵੀ ਕਿਤੇ ਰੱਬ ਡਾਂਗ ਲਾ ਕੇ ਘਰੇ ਨਾ ਆ ਜਾਵੇ, ਤੂੰ ਅੱਜ ਆਇਆ ਕਿਉਂ ਨਹੀਂ ਜਾਂਦਾ ਜੀ। ਲੋਕੀ ਕਰਜ਼ਾ ਚੁੱਕ ਕੇ ਤੀਰਥ ਸਥਾਨਾਂ ਤੇ ਜਾਂਦੇ ਨੇ ਜੀ। ਸਹੀ ਹੈ ਜੀ, ਕੌੜਾ ਸੱਚ ਹੈ ਜਿਹੜੀ ਗੱਲ ਤੁਸੀਂ ਲਿਆਂਦੀ ਹੈ ਸਾਹਮਣੇ। ਮੈਂ ਇਹੋ ਜਿਹੇ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਘਰੇ ਆਪ ਬੱਚਿਆਂ ਨੇ ਕਦੇ ਖੀਰ ਨਾਲ ਰੋਟੀ ਨਹੀਂ ਖਾਧੀ ਹੋਣੀ, ਤੇ ਹਰੇਕ 10 ਦਿਨਾਂ ਬਾਅਦ ਕਿਸੇ ਨਾ ਕਿਸੇ ਚਿੱਟ ਕੱਪੜੀਏ ਸਾਧ ਦੇ ਜਿਹੜਾ ਕਹਿੰਦਾ ਜੀ ਸਾਡੇ ਤਾਂ ਇੱਥੇ ਸਥਾਨ ਦੇ ਉੱਤੇ ਲੰਗਰ ਨਹੀਂ ਬਣਦਾ, ਅੱਗ ਨਹੀਂ ਮੱਚਦੀ, ਮਚਾਉਣ ਦੀ ਕੀ ਲੋੜ ਹੈ ਜੀ, ਕਿਹੜਾ ਚੇਲਾ ਜਾਟੜਾ ਧੂੰਏ ਦੇ ਨਾਲ ਅੱਖਾਂ ਫੂਕੇ, ਜਦੋਂ ਬਣੀਆਂ ਬਣਾਈਆਂ ਆ ਜਾਣ, ਆਉਣੀਆਂ ਵੀ ਟਾਈਮ ਤੇ, ਵੀ ਇੰਨੇ ਵਜੇ ਭੋਗ ਲੱਗਣਾ, ਪਹੁੰਚੇ ਔਰ ਬਾਨਸ ਬੰਨੇ ਖਾਣੇ, ਤੁਹਾਨੂੰ ਪਤਾ ਜੀ ਸਾਰੇ ਇਹਨਾਂ ਚੀਜ਼ਾਂ ਦੇ ਪੱਟੇ ਹੁੰਦੇ ਆ ਤੇ ਉਹ ਪਹੁੰਚਦੇ ਆ। ਬਿਲਕੁਲ ਸੱਚ ਹੈ, ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ। ਤੇ ਤੁਸੀਂ ਸਿਆਸਤ ਤੇ ਗੱਲ ਕਰਨ ਲੱਗੇ ਸੀ, ਮੈਂ ਉਹ ਪਹਿਲੀ ਗੱਲ ਤੇ ਆਉਣਾ, ਮੋਦੀ ਸਾਹਿਬ। ਹਾਂਜੀ ਮੈਂ ਕਹਿੰਦਾ ਵੀ ਦੁਨੀਆ ਚ ਸਰਕਲ ਚ ਵੱਜ ਗਈ ਹੈ ਸਾਡੇ, ਖਾਸ ਕਰਕੇ ਲੋਕਾਂ ਦੇ ਲੋਕ ਸੱਤਾ ਦੇ ਜ਼ੋਰ ਤੇ ਨਾ, ਪੈਸੇ ਦੇ ਜ਼ੋਰ ਤੇ ਸੱਤਾ ਹਾਸਲ ਕੀਤੀ ਜਾਂਦੀ ਜੀ, ਤੇ ਫਿਰ ਸੱਤਾ ਦੇ ਜ਼ੋਰ ਤੇ ਫਿਰ ਪੈਸਾ ਕਮਾਇਆ ਜਾਂਦਾ ਜੀ। ਤੇ ਇਹ ਇੱਕ ਗੋਲ ਸਰਕਲ ਬਣ ਗਿਆ ਜਿਹਦੇ ਚ ਲੋਕ ਪਿਸਦੇ ਚਲੇ ਜਾ ਰਹੇ ਨੇ। ਹੁਣ ਸਾਡੀ ਤਰਾਸਦੀ ਇਹ ਵੀ ਸਾਨੂੰ ਨਾ, ਜਿਹੜੀ ਸਰਕਾਰ ਗਈ ਨੂੰ ਥੋੜੇ 5-7 ਸਾਲ ਹੋ ਜਾਂਦੇ ਨੇ, सानू ओहदे छित्तर भुल जांदे ने ते जिहड़ी मौजूदा सरकार सानू ओहदियां जुत्तियां याद रहिंदियां ने, है ना जी। किते ना किते जाके फिर असीं इह हादसे ने भी इहदे नाल तो ओही चंगे सी, चलो इहनां नूं चुन लओ, ते पर ओह जिहड़ी रूटीन टुटदी नहीं हैगी, ओह काम फिर ओही शुरू हो जांदा कि जिहड़ा ओह पहले कर रहे हुंदे ते आके दूजे ने भी ओह करना जी। और मैं थोड़ा जिहा बोलना इस विषय ते, वोट ना सिद्धू साहब जेडे बंदे दे पैरां थले जमीन अपनी नहीं गी ना जी, ते सिर ते छत अपनी नहीं गी, ओदी वोट भी अपनी नहीं हो सकदी कदी सही। अगर वोट दी सही वरतों करनी ते ओह बंदा फाइनेंशियली आर्थिक तौर ते बंदा रोटी खांदा होना चाहिदा। और जिन्ने किसे चौधरी दी वट तो पट्ठे वड्ढने ने जी और ओहदे खेतां दे उत्ते ओहदे ओहदा टब्बर पल रहा, ओहदे दिहाड़ी ला के आउंदा है, ओहदा रोजगार ही ਉਹਦੀ ਵੋਟ ਆਪਣੀ ਨਹੀਂ ਗੀ, ਉਹ ਵੋਟ ਚੌਧਰੀ ਦੀ ਹੈ, ਜਿੱਧਰ ਚੌਧਰੀ ਕਹੇਗਾ ਉੱਧਰ ਹੀ ਵੋਟ ਪੈਣੀ ਉਸ ਬੰਦੇ ਦੀ ਸਹੀ ਸਹੀ। ਔਰ ਲੋਕਤੰਤਰ ਇਸ ਨੂੰ ਨਹੀਂ ਕਿਹਾ ਜਾਂਦਾ ਵੀ ਇਲੈਕਸ਼ਨ ਵਾਲੇ ਦਿਨ ਮਤਲਬ ਕਿ ਮੁਕਤ ਦੀਆਂ ਟਰਾਲੀਆਂ ਟਰੈਕਟਰਾਂ ਤੇ ਲੋਕਾਂ ਨੂੰ ਲਿਜਾ ਕੇ ਲਾਈਨਾਂ 'ਚ ਖੜੇ ਕਰਕੇ ਜਿਹੜੀ ਇੱਕ ਐਕਸਰਸਾਈਜ਼ ਆ ਜਿਹਨੂੰ ਆਪਾਂ ਕਹਿ ਦਈਏ ਵੀ ਇਹ ਲੋਕਤੰਤਰ, ਲੋਕ ਵੋਟ ਪਾ ਰਹੇ ਨੇ, ਉਹ ਇਹ ਲੋਕਤੰਤਰ ਨਹੀਂ ਹੈਗਾ, ਕਿ ਲੋਕਤੰਤਰ ਹੀ ਆ, ਜਿਹਨੂੰ ਲੋਕਤੰਤਰ ਨਹੀਂ ਕਿਹਾ ਜਾ ਸਕਦਾ। ਔਰ ਵੋਟ ਪਾਉਣ ਵਾਸਤੇ ਬੰਦੇ ਨੂੰ ਪਹਿਲੋਂ ਆਰਥਿਕ ਤੌਰ ਤੇ ਉਹਨੂੰ ਸਟੇਬਲ ਹੋਣਾ ਪਵੇਗਾ ਜੀ। ਇੱਥੇ ਕੀ ਆ ਜਿਹੜੇ ਲੋਕਲ ਲੀਡਰ ਨੇ ਉਹਨਾਂ ਨੇ ਆਪੋ ਆਪਣੇ ਜਿਹੜੇ ਨਾ ਕੁੰਡੀਆਂ ਮੁੱਛਾਂ ਵਾਲੇ ਪਿੰਡ ਦੇ ਵਿੱਚ ਚੌਧਰੀ ਪਾਲੇ ਹੋਏ ਨੇ ਜੀ, ਜਿਨ੍ਹਾਂ ਨੇ ਸ਼ਾਮਲਾਤਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਨੇ, ਛੱਪੜ ਪੂਰ ਕੇ ਉਹਨਾਂ ਕੋਠੀਆਂ ਬਣਾਈਆਂ ਹੋਈਆਂ ਨੇ ਜੀ, ਔਰ ਸਰਕਾਰੀ ਰਾਹ ਖੁਰਚ ਖੁਰਚ ਕੇ ਆਪਦੀਆਂ ਪੈਲੀਆਂ 'ਚ ਲਾਏ ਹੋਏ ਨੇ ਜੀ। ਔਰ ਉਹਨਾਂ ਦੀ ਡਿਊਟੀ ਹੁੰਦੀ ਵੀ ਅੱਜ ਮੇਰੇ MLA ਸਾਹਿਬ ਦੀ रैली है तो मैं पिंडों 200-250 बंदा लेके जाना ट्राली च सही। लोग गरजा दे मारे ओदियां ट्रालियां ओदियां टैंपूआं दे सवार होके रैलियां च रश वधाउंदे ने, ते उन्हां दी वोट भी उधर जांदी जिधर चौधरी कहिंदा भी मेरी, हां भी मेरे मगर इन्ने बंदे गए ने ते वोट इधर पाउणगे। और ओहदे काम पिंड च इही हुंदे आ भी नजायज काम कराउणे आ, जायज भी कराउणे आ, किसी दी कुंडी लवाती बिजली दी जे फड़ी गई ते छडाती, ਕਿਸੇ ਦੀ ਪੈਨਸ਼ਨ ਲਵਾਤੀ ਨਜਾਇਜ਼ ਜਾਇਜ਼, ਇਹਨਾਂ ਗੱਲਾਂ ਤੇ ਵੋਟਾਂ ਪੈਂਦੀਆਂ ਨੇ। ਤੇ ਇੱਥੇ ਸਾਡਾ ਮਤਲਬ ਕਿ ਸਾਰਾ ਕੁਛ ਹੋ ਜਾਂਦਾ, ਸਾਡੇ ਸਾਡੇ ਮਤਲਬ ਕਿ ਜ਼ਰੂਰਤ ਦੇ ਵਿੱਚ ਹੀ। ਮੈਨੂੰ ਆਸਾ ਉਹਨਾਂ ਦਾ ਵੀ ਜਿਹਨੇ ਸ਼ਾਮਲੇਟ ਦੀ ਜ਼ਮੀਨ ਤੇ ਕਬਜ਼ਾ ਕੀਤਾ ਨਾ, ਉਹ ਵੀ ਪਿੰਡਾਂ ਦੇ ਮੋੜ ਤੇ ਖੜ ਕੇ ਕਹਿਣ ਦੇ ਆਉਂਦਾ ਵੀ ਬਾਦਲ ਚੋਰ ਆ, ਕੈਪਟਨ ਚੋਰ ਆ। ਮੈਨੂੰ ਆਸਾ ਉਹਨਾਂ ਹੁੰਦਾ ਵੀ ਭਾਈ ਸਾਹਿਬ ਇਹ ਜਬਾੜੇ ਦੀ ਗੱਲ ਆ ਵੀ ਤੁਹਾਡਾ ਜਵਾੜਾ ਕਿੱਡਾ ਹੈ, ਤੁਹਾਡਾ ਰੁੱਗ ਕਿੱਡਾ, ਕਿੰਦਾ ਰੁੱਗ ਭਰ ਸਕਦੇ ਜੀ। ਠੀਕ ਉਹਨੂੰ ਪਾਵਰ ਜ਼ਿਆਦਾ ਮਿਲੀ, ਉਹ ਕੋਈ CM ਅਤੇ ਕੋਈ MP ਆ, ਉਹਦਾ ਕਰੋੜਾਂ ਚ ਕੰਮ ਚੱਲਦਾ, ਪਰ ਪਹੁੰਚ ਤੇਰੀ ਜਿੰਨੀ ਹੈਗੀ ਕੰਮ ਤੂੰ ਵੀ ਉਹ ਕੀਤਾ। ਜੇ ਕੱਲ ਨੂੰ ਤੈਨੂੰ ਉਸ ਕੁਰਸੀ ਤੇ ਬਾਹਰ ਦਿੱਤਾ ਜਾਵੇ ਤਾਂ ਘੱਟ ਤੂੰ ਵੀ ਨਹੀਂ ਕਰੇਗਾ ਜੀ। ਤੋ ਇਹ ਬੇਸਿਕਲੀ ਹੁਣ ਇੱਕ ਭਲਾ ਬੰਦਾ ਵਾਟਰ ਕੂਲਰ ਦੀ ਮਸ਼ੀਨ ਲਵਾ ਦਿੰਦਾ ਬਾਜ਼ਾਰ ਦੇ ਵਿੱਚ, ਸਾਡੀ ਇਮਾਨਦਾਰੀ ਪਰਖੀ ਜਾ ਸਕਦੀ ਹੈ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਉਹਦੇ ਨਾਲ 2 ਰੁਪਏ ਦਾ ਗਲਾਸ ਹੁੰਦਾ ਉਹ ਸੰਗਲੀ ਮਾਰ ਕੇ ਬੰਨਣਾ ਪੈਂਦਾ ਸਹੀ 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 ਗੱਲ, ਬੜੀ ਵੱਡੀ ਗੱਲ ਆ ਬਾਈ ਜੀ। ਔਰ ਇਹ ਕਰੈਕਟਰ ਦਰਸਾਉਂਦੀ ਚੀਜ਼ ਵੀ ਸਾਡੇ 2 ਰੁਪਏ ਦਾ ਗਲਾਸ ਵੀ ਚੋਰੀ ਹੋ ਜਾਂਦਾ ਹੈ। ਕਿਸੇ ਤੁਸੀਂ ਰਾਹ ਦੇ ਵਿੱਚ ਤੁਸੀਂ ਨਲਕਾ ਦਵਾ ਲਵਾ ਕੇ ਵੇਖ ਲਓ ਪਾਣੀ ਵਾਲਾ, ਵੀ ਰਾਹ ਕਰ ਪਾਣੀ ਪੀਣਗੇ, ਤੁਹਾਨੂੰ 10ਵੇਂ ਦਿਨ ਉਹ ਨਲਕੇ ਦੀ ਹੱਥੇ ਨਹੀਂ ਲੱਭਣੀ ਸਹੀ, ਉਹ ਹੈਂਡਲ ਲਾ ਕੇ ਵੇਚ ਦੇਣਾ ਹੈ। ਹੁਣ ਆਪਾਂ ਕਹੀਏ ਵੀ ਮੰਤਰੀ ਖਾਂਦਾ, ਉਹ ਠੀਕ ਹੈ ਕਰੋੜਾਂ ਨਾਲ ਖਾਂਦਾ, ਸ਼ਹਿਰਾਂ 'ਚ ਸੀਵਰੇਜ ਦੇ ਢੱਕਣ ਚੋਰੀ ਹੋ ਜਾਂਦੇ ਗਟਰਾਂ ਦੇ, ਉਹਨੂੰ ਮੰਤਰੀ ਥੋੜੀ ਲਾ ਕੇ ਲੈ ਜਾਂਦਾ ਜੀ। ਹੁਣ ਮੋਟਰਾਂ ਦੇ ਸਟਾਰਟਰ ਚੋਰੀ ਹੁੰਦੇ, ਬਿਜਲੀ ਦੀਆਂ ਤਾਰਾਂ ਚੋਰੀ ਹੋ ਜਾਂਦੀਆਂ, ਇਹ ਆਮ ਲੋਕ ਕਰਦੇ ਨੇ। ਉਹ ਇਹ ਮਾਸ਼ਰਾ ਹੀ ਏਦਾਂ ਦਾ ਹੈ ਤੇ ਹੁਣ ਕੀ ਕਰੇ ਉਹ। ਪਰ ਫਿਰ ਗੱਲ ਸਰਕਾਰ ਤੇ ਆ ਜਾਂਦੀ ਹੈ, ਜਦੋਂ ਆਪ ਚੋਰ ਤੇ ਜਨਤਾ ਸਰਕਾਰ ਖੁਦ ਇਹੋ ਜਿਹੇ ਕੰਮ ਕਰਾਉਂਦੀ। ਮੈਨੂੰ ਹਾਦਸਾ ਆਉਂਦਾ ਜਦੋਂ ਲੀਡਰ ਰੈਲੀਆਂ 'ਚ ਖੜ ਕੇ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਸੀ ਤੁਹਾਡੀਆਂ ਕੋਈ ਬਿਜਲੀ ਦੀਆਂ ਕੁੰਡੀਆਂ ਨਹੀਂ ਸੀ ਫੜਦਾ ਜੀ, ਸਾਡੇ ਘਰ ਪੁਲਿਸ ਨਹੀਂ ਵੜਦੀ ਜੀ। ਅੱਜ ਇਹੀ ਕੁਝ ਸਾਡੇ ਗੁਰੂ ਘਰ ਤੋਂ ਬੋਲਿਆ ਜਾ ਰਿਹਾ ਸੀ ਕਿ ਵੀਰੋ ਇਕੱਠੇ ਹੋ ਜਾਓ, ਅੱਜ ਤੁਹਾਡੀਆਂ ਕੁੰਡੀਆਂ ਫੜਨਾ ਜਾਂ ਕੱਲ ਨੂੰ ਮੀਟਰ ਪੱਟਣ ਆਉਣਗੇ, ਤੇ ਧਰਨਾ ਲੱਗ ਰਿਹਾ ਜੀ ਅੱਜ ਦੁਨੀਆ ਦਾ। ਨਹੀਂ ਤੇ ਕਿੱਡੀ ਸ਼ਰਮ ਵਾਲੀ ਗੱਲ ਆ। ਇੱਕ ਸੋਚੋ ਵੀ ਗੁਰੂ ਘਰ ਦੇ ਵਿੱਚ ਜੇ ਗੁਰੂ ਮਹਾਰਾਜ ਦੇ ਸੰਦੇਸ਼ ਦੀ ਗੱਲ ਕਰੋ, ਔਰ ਗੁਰੂ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਬੇਈਮਾਨੀ ਕਰੋ, ਤੁਸੀਂ ਚੋਰੀ ਕਰੋ, ਤੁਸੀਂ ਠੱਗੀ ਮਾਰੋ। ਗੱਲ ਹੀ ਓਨੈਸਟੀ ਤੇ ਸ਼ੁਰੂ ਹੁੰਦੀ ਹੈ, ਇਮਾਨਦਾਰੀ ਤੇ ਸ਼ੁਰੂ ਹੁੰਦੀ ਹੈ। ਮੇਰਾ ਫਰਜ਼ ਬਣਦਾ ਮੈਂ ਜਿੰਨੀ ਬਿਜਲੀ ਮਚਾਈ ਏ ਉਹਦੀ ਮੈਨੂੰ ਕੀਮਤ ਅਦਾ ਕਰਨੀ ਪਵੇ, ਔਰ ਮੈਂ ਕਰਾਂ ਹੱਸ ਕੇ ਕਰਾਂ। ਜੇ ਉਹਦਾ ਰੇਟ ਜ਼ਿਆਦਾ ਸਰਕਾਰ ਲੁੱਟ ਰਹੀ ਉਹਦੇ ਖਿਲਾਫ ਮੈਂ ਸੰਘਰਸ਼ ਕਰਾਂ, ਪਰ ਚੋਰੀ ਕਰਨ ਦਾ ਕੋਈ ਗੱਲ ਹੀ ਨਹੀਂ। ਅਸੀਂ ਜੇ ਚੋਰ ਆ ਤੇ ਗਾਂ ਹੀ ਬੱਚਿਆਂ ਨੂੰ ਕੀ ਸੰਦੇਸ਼ ਦੇਵਾਂਗੇ, ਕੀ ਸਿਖਾਵਾਂਗੇ ਉਹਨਾਂ ਨੂੰ। ਤੋ ਮੀਨਸ ਲਾਈਫ ਛੋਟੀਆਂ ਚੀਜ਼ਾਂ ਜਿਹੜੀਆਂ ਅਸੀਂ ਨੋਟਿਸ ਵੀ ਨਹੀਂ ਕਰਦੇ, ਅਸੀਂ ਕਿੰਨਾ ਕੁਝ ਗਲਤ ਕਰ ਦਿੰਦੇ ਆ ਪੂਰੇ ਦਿਨ ਦੇ ਵਿੱਚ। ਪਰ ਇਹ ਸਾਰੀਆਂ ਚੀਜ਼ਾਂ ਇਹੀ ਸਾਨੂੰ ਇਸ ਧਿਆਨ ਦੇਣ ਦੀ ਲੋੜ ਆ। ਅਸੀਂ ਆਪਦੇ ਹੱਕ ਮੰਗੀਏ, ਨਾ ਕਿ ਜਿਹੜੀ ਸਾਨੂੰ ਜੌਬ ਅਪਰਚੁਨਿਟੀ ਚਾਹੀਦੀ ਹੈ, ਸਾਨੂੰ ਮੈਡੀਕਲ ਚਾਹੀਦਾ ਹੈ, ਸਾਡੇ ਜਵਾਕ ਤੰਦਰੁਸਤ ਹੋਣੇ ਚਾਹੀਦੇ ਨੇ, ਸਾਫ਼ ਹਵਾ ਚਾਹੀਦੀ, ਸਾਫ਼ ਪਾਣੀ ਚਾਹੀਦਾ ਹੈ, ਸਾਡੇ ਲੋਕਾਂ ਨੂੰ ਕੈਂਸਰ ਨਾ ਹੋਵੇ ਧਰਤੀ ਦਾ ਪਾਣੀ ਪੀ ਕੇ। ਪਰ ਨਹੀਂ, ਸਾਡੇ ਲੋਕ ਇਸ ਗੱਲ ਪਿੱਛੇ ਲੱਗੇ ਵੀ ਉਧਰ ਦਾਲ ਫ੍ਰੀ ਮਿਲਦੀ ਹੈ, ਆਟਾ ਫ੍ਰੀ ਮਿਲਦਾ ਹੈ, ਆਹ ਸਾਨੂੰ ਸਕੀਮ ਦੇਤੀ, ਸਾਨੂੰ ਉਹਨੇ ਸ਼ਗਨ ਸਕੀਮ ਦੇਤੀ ਹੈ। ਮੈਂ ਕਹਿੰਦਾ ਵੀ ਤੁਸੀਂ ਭਿਖਾਰੀ ਬਣ ਕੇ, ਤੁਹਾਨੂੰ ਕਿਸੇ ਲੀਡਰ ਨੇ ਗੱਲ ਬੋਲਦੇ ਤੇ ਮੈਨੂੰ ਇਸ ਸੋਚ ਵੀ ਇਹ ਭਿਖਾਰੀ ਬਣਾਉਣ ਵਾਲੀ ਗੱਲ ਹੁੰਦੀ ਹੈ। ਕਿਸੇ ਨੂੰ ਉਹਦੀਆਂ ਲੋੜਾਂ ਤੇ ਲਾ ਲਓ, ਕਿੱਲੋ ਦਾਲ ਦਿੱਤੀ ਜਾਓ, ਸਾਰੀ ਉਮਰ ਵੋਟ ਪਵਾਈ ਜਾਓ, ਮਰ ਗਿਆ ਤੇ ਜਾਂ ਉਹਦੇ ਪੁੱਤ ਨੂੰ ਦੇਣੀ ਸ਼ੁਰੂ ਕਰ ਦਿਓ, ਕੁੜੀ ਦਾ ਵਿਆਹ ਤੇ ਸ਼ਗਨ ਸੁਣੀ। ਤੁਸੀਂ ਲੋਕਾਂ ਨੂੰ ਇਸ ਕਾਬਲ ਬਣਾਓ ਵੀ ਕੁੜੀ ਲੋਕ ਆਪਦੇ ਬੱਚਿਆਂ ਦੇ ਵਿਆਹ ਆਪਦੇ ਸਿਰ ਤੋਂ ਕਰ ਸਕਣ, ਇੰਨੇ ਜੋਗੇ ਹੋਣ, ਤੁਹਾਡੀ ਗਰਜ਼ ਦੀ ਲੋੜ। ਪਰ ਨਹੀਂ ਆਂਦੇ ਨਾ ਵੀ ਵੋਟ ਲੈਣ ਵਾਸਤੇ ਨਾ ਗਰੀਬ ਨੂੰ ਗਰੀਬ ਰੱਖਣਾ ਬਹੁਤ ਜ਼ਰੂਰੀ ਹੈ। ਨੀਤੀ ਆਕਾ, ਇਹ ਨੀਤੀ ਦੇ ਤਹਿਤ ਕੰਮ ਹੋ ਰਿਹਾ। ਜਿੱਦਾਂ ਬੰਦਾ ਪੜ੍ਹ ਲਿਖ ਗਿਆ, ਜਿੱਦਾਂ ਉਹਦੀ ਗਰੀਬੀ ਨਿਕਲ ਗਈ ਤੇ ਉਹਦੀ ਵੋਟ ਵੀ ਫਿਰ ਮਰਜ਼ੀ ਨਾਲ ਪਏਗੀ ਜੀ। ਤੋ ਇਹੀ ਹੈ, ਇਹੀ ਸਿਸਟਮ ਚੱਲਿਆ ਆ ਰਿਹਾ ਜੀ। ਸੋ ਬਿਲਕੁਲ ਸਿਸਟਮ ਇਹ ਹੈ ਤੇ ਇਸ ਨੂੰ ਤੋੜਨ ਦੀ ਗੱਲ ਵੀ ਹੁੰਦੀ ਰਹਿੰਦੀ ਹੈ। ਮੈਂ ਨਾਲ ਨਾਲ ਫਿਰ ਧਰਮ ਦੇ ਮਾਮਲੇ ਦੇ ਉੱਤੇ ਆਉਣਾ। ਇੱਕ ਗੱਲ ਤੁਸੀਂ ਮੈਨੂੰ ਸੁਣਾਈ ਸੀ, ਬੜੀ ਵਧੀਆ ਲੱਗੀ ਅੱਜ ਦਿਨ ਵੇਲੇ, ਤਾਂ ਹੀ ਦਿਲ ਕਰਿਆ ਕਿ ਆਪਾਂ ਇਸ ਸ਼ੋਅ ਦੇ ਵਿੱਚ ਵੀ ਗੱਲ ਕਰੀਏ। ਉਹ ਸੀ ਤੁਹਾਡੇ ਮਾਂ ਬਾਪ ਦੇ ਅੰਮ੍ਰਿਤ ਛਕਣ ਵਾਲੀ। ਹਾਂਜੀ, ਉਹ ਸਿੱਧੂ ਸਾਹਿਬ, ਇਹ ਜਦੋਂ ਨਾ ਆਪਾਂ ਧਾਰਮਿਕ ਜਿਹੜੀ ਚੀਜ਼ ਹੁੰਦੀ ਨਾ ਵੀ ਇਹ ਲੋਕ ਇੰਨੇ ਸੈਂਸਿਟਿਵ ਹੁੰਦੇ ਨਾ, ਇਹਨਾਂ ਪਹਿਲੀ ਗੱਲ ਸੁਣਨੀ ਹੁੰਦੀ ਤੇ ਜਿਹੜਾ ਮਗਰਲਾ ਮਨੋਰਥ ਉੱਤੇ ਨਹੀਂ ਜਾਣਾ ਵੀ ਬੰਦਾ ਗੱਲ ਕਿਉਂ ਕਹਿ ਰਿਹਾ ਹਨਾ ਜੀ। ਇਹ ਗੱਲ ਨੂੰ ਕਾਫੀ ਸਾਲ ਹੋ ਗਏ, ਮੇਰੇ ਮੰਮੀ ਪਾਪਾ ਨੇ ਸਲਾਹ ਬਣਾਈ ਵੀ ਅੰਮ੍ਰਿਤ ਛਕ ਕੇ ਆਉਣਾ ਹਨਾ ਜੀ। ਤੇ ਮੈਂ ਉਸ ਗੱਲ ਦਾ ਵਿਰੋਧ ਕੀਤਾ ਵੀ ਤੁਸੀਂ ਨਹੀਂ ਛਕਣਾ, ਨਾ ਛਕੋ, ਇਹਦਾ ਕੋਈ ਫਾਇਦਾ ਨਹੀਂ ਹੈਗਾ, ਐਵੇਂ ਗਾਤਰਾ ਪਾ ਕੇ ਤੁਰੇ ਫਿਰੋਗੇ, ਕੋਈ ਮਤਲਬ ਬਣਦਾ। ਤੇ ਬਾਪੂ ਕਹਿੰਦਾ ਵੀ ਨਹੀਂ ਗੁਰੂ ਵਾਲੇ ਆਉਣਾ। ਮੈਂ ਕਿਹਾ ਵੀ ਸਾਰੇ ਪਿੰਡ ਦੀ ਤੇ ਸ਼ਰਾਬ ਪੀ ਗਿਆ, ਹੁਣ ਗੋਡੇ ਰਹਿ ਗਏ ਜਦੋਂ, ਹੁਣ ਤੂੰ ਵੀ ਇਹ ਗਾਤਰਾ ਪਾ ਕੇ ਤੂੰ ਜਸਟੀਫਾਈ ਕਰਨ ਲੱਗਾ। ਮੇਰੀਆਂ ਭੂਆ ਆਈਆਂ ਤੇ ਉਹਨਾਂ ਦੇ ਕੋਲ ਮੇਰੀ ਕੰਪਲੇਂਟ ਕੀਤੀ ਗਈ ਹਨਾ ਜੀ ਵੀ ਇਹ ਸਾਡੇ ਅੰਮ੍ਰਿਤ ਛਕਣ ਦਾ ਵਿਰੋਧ ਕਰਦਾ। ਤੇ ਫਿਰ ਮੈਂ ਉਹਨਾਂ ਨੂੰ ਇੱਕ ਦਲੀਲ ਨਾਲ ਗੱਲ ਕੀਤੀ ਸੀ। ਮੈਂ ਕਿਹਾ ਵੀ ਮੈਨੂੰ ਇਹ ਪੱਕਾ ਪਤਾ ਹੈ, ਜਿਹੜੀ ਇਹ ਸੋਚ ਆ ਵੀ ਬਾਪੂ ਨੇ ਗਾਤਰਾ ਪਾ ਲਿਆ ਨਾ ਤੇ ਮੱਝ ਨੇ ਫਿਰ ਟੀਕਾ ਲਾ ਕੇ, ਪਹਿਲੋਂ ਟੀਕਾ ਲਾ ਕੇ ਚੁੰਦਾ ਉਹ ਜ਼ਹਿਰ ਵਾਲਾ ਦੁੱਧ, ਇਹਨੇ ਦੋਤੀ ਨੂੰ ਵੇਚ ਕੇ ਪੈਸੇ ਫਿਰ ਜੇਬ ਚ ਪਾਉਣੇ ਜੀ, ਤੇ ਫਾਇਦਾ ਕੀ ਹੋਇਆ। ਜਿਹੜਾ ਕੰਮ ਅਸੀਂ ਬਿਨਾਂ ਅੰਮ੍ਰਿਤ ਛਕੇ ਤੋਂ ਕਰਦੇ ਤੇ ਅਸੀਂ ਅੰਮ੍ਰਿਤ ਛਕ ਕੇ ਵੀ ਉਹ ਕਰਨਾ, ਜਦੋਂ ਤੁਹਾਡੇ ਚ ਕੋਈ ਜਾਗ੍ਰਿਤੀ ਨਹੀਂ ਆਉਣੀ, ਕੋਈ ਪ੍ਰਵਿਰਤੀ ਨਹੀਂ ਆਉਣੀ, ਤੁਹਾਡਾ ਮਾਈਂਡ ਸੈਟ ਉੱਥੇ ਟਿਕਿਆ ਵੀ ਮੈਂ ਕਿਸੇ ਤਰ੍ਹਾਂ ਦੋ ਪੈਸੇ ਵੱਧ ਕਮਾਉਣ ਲਈ ਉਹਦੇ ਚ ਵੀ ਜ਼ਹਿਰ ਫਿਲ ਕਰਦੇ ਆ, ਤੇ ਫਿਰ ਫਾਇਦਾ ਕੀ ਰਹਿ ਜਾਂਦਾ, ਮਤਲਬ ਨਹੀਂ, ਫਿਰ ਸਰਬੱਤ ਦਾ ਭਲਾ ਤੇ ਸਿਰਫ ਇੱਕ ਸਾਡੀ ਜ਼ਬਾਨ ਤੇ ਰਹਿ ਗਿਆ ਨਾ। ਮੈਂ ਸਿੱਧੂ ਸਾਹਿਬ ਨੂੰ ਕੱਲ ਮੈਨੂੰ ਤਾਂ ਚੇਤੇ ਆਈ ਸੀ ਵੀ ਮੇਰੇ ਪਿੰਡ ਦਾ ਇੱਕ ਦੋਧੀ ਹੁੰਦਾ ਸੀ, ਜਦੋਂ ਮੈਂ ਪੜ੍ਹਦਾ ਹੁੰਦਾ ਜੀ, ਉਹ ਕਬਰਾਂ ਵਾਲੇ ਨਲਕੇ ਚ ਪਾਣੀ ਪਾਉਂਦਾ ਨੂੰ ਮੈਂ ਵੇਖਣਾ ਹੁੰਦਾ ਡਰਮਾਂ ਚ ਦੁੱਧ, ਸ਼ਹਿਰ ਦੁੱਧ ਵਿੱਚ ਜਾਂਦਾ ਪਾਣੀ, ਨਲਕੇ ਤੋਂ ਨਾ ਪਾਣੀ ਪਾਉਂਦੇ ਨੂੰ ਵੇਖਣਾ। ਉਹਦੇ ਵਾਲ ਕੱਟੇ ਹੁੰਦੇ ਸੀ, ਮਗਰੋਂ 3 ਸਾਲਾਂ ਬਾਅਦ ਉਹਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕ ਲਿਆ, ਉਹਨੇ ਚੋਲਾ ਵੀ ਬਣਾ ਲਿਆ, ਦਮਾਲਾ ਬੰਦਾ ਹੁੰਦਾ ਸਿਰ ਤੇ, ਨਲਕਾ ਵੀ ਉਹੀ ਤੇ ਡਰਾਮ ਵੀ ਉਹੀ ਤੇ ਦੋਧੀ ਦਾ ਸਰੂਪ ਵੀ ਬਦਲਿਆ ਸੀ, ਪਾਣੀ ਵੀ ਉਹ ਸੀਗਾ ਜੀ। ਮਤਲਬ ਉਹ ਸਿੱਖੀ ਸਰੂਪ ਚ ਮੁੜ ਕੇ ਦੁੱਧ ਦੇ ਵਿੱਚ ਪਾਣੀ ਪਾ ਰਿਹਾ ਸੀ। ਤੇ ਮੇਰੇ ਖਿਆਲ ਨਾਲ ਦੱਸੋ, ਜਦੋਂ ਕੋਈ ਪ੍ਰਵਿਰਤੀ ਨਹੀਂ ਹੈਗੀ, ਕੋਈ ਜਾਗ੍ਰਿਤੀ ਨਹੀਂ ਹੈਗੀ, ਜਦੋਂ ਤੁਹਾਡੇ ਚ ਕੁਝ ਚੇਂਜ ਨਹੀਂ ਆਇਆ, ਜਿਹੜਾ ਕੰਮ ਤੁਸੀਂ ਬਿਨਾਂ ਗਾਤਰੇ ਤੋਂ ਕਰਦੇ ਹੋ, ਗਾਤਰਾ ਪਾ ਕੇ ਕਰੀ ਜਾਂਦੇ ਹੋ, ਤੇ ਫਿਰ ਕੀ ਆ, ਸਿਰਫ ਇੱਕ ਪਹਿਰਾਵੇ ਨੂੰ ਧਰਮ ਮੰਨ ਲੈਣਾ। ਮੈਂ ਕਹਿੰਦਾ ਵੀ ਪਹਿਰਾਵਾ ਕਿਸੇ ਦੇ ਗੁਣਾਂ ਦੇ ਉੱਤੇ ਜਿੱਦਰਾ ਨਹੀਂ ਹੋ ਸਕਦਾ। ਔਰ ਮੇਰੇ ਖਿਆਲ ਨਾਲ ਜਿਹੜਾ ਬੰਦਾ ਲੋੜ ਹੋ ਵੈਸੇ ਵੀ ਉਹਨੂੰ ਲੋੜ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ, ਜਿਹੜਾ ਬੰਦਾ ਇਮਾਨਦਾਰ ਆ, ਜਿਹਨੂੰ ਪਤਾ ਵੀ ਇਹ ਗੱਲ ਹੋਣੀ ਤੇ ਉਹ ਕਦੀ ਨਹੀਂ ਹੋਊਗਾ। ਪਰ ਹੈ ਸਾਡੇ ਲੋਕਾਂ ਦੇ ਵਿੱਚ ਕੱਲ ਇਹ ਤਾਂ ਚਲੋ ਦੁੱਧ ਚ ਪਾਣੀ ਪਾਉਣਾ, ਮੱਝ ਨੂੰ ਟੀਕਾ ਲਾ ਕੇ ਚੋਣਾਂ ਦੇ ਬਾਅਦ ਦੀਆਂ ਗੱਲਾਂ ਨੇ। ਇਹ ਲੋਕ ਰੋਜ਼ ਨਾ ਗੁਰਦੁਆਰਿਓਂ ਧਾਰਮਿਕ ਜਿਹੜਾ ਪ੍ਰਮਾਣ ਸੁਣ ਕੇ ਆਉਂਦੇ ਨੇ ਵੀ ਮਾਨਸ ਕੀ ਇੱਕੇ ਜਾਤ ਆ, ਔਰ ਵੈਗਰੂ ਵੀ ਬੋਲਦੇ ਨੇ, ਇਸ ਸ਼ਬਦ ਤੇ ਕੋਈ ਸ਼ੱਕ ਨਹੀਂ ਹੈਗਾ। ਔਰ ਨਾਲ ਇਹ ਵੀ ਕੋਟ ਕਰਦੇ ਨੇ ਪ੍ਰਚਾਰਕ ਵਾਰ-ਵਾਰ ਵੀ ਜਿਹੜਾ ਸਿੱਖ ਉਹਦੀ ਕੋਈ ਜਾਤ ਨਹੀਂ ਹੈਗੀ, ਤੇ ਜਿਹਦੀ ਜਾਤ ਉਹ ਸਿੱਖ ਨਹੀਂ ਹੈਗਾ ਜੀ। ਪਰ ਅੱਜ ਵੀ ਤੁਸੀਂ ਵੇਖ ਲਓ ਵੀ ਅਸੀਂ ਧੀ ਵਿਆਹੁਣੀ, ਅਸੀਂ ਪੁੱਤ ਵਿਆਹੁਣਾ, ਤੇ ਜਿਹੜਾ ਸਾਡਾ ਅਖਬਾਰ ਤੇ ਇਸ਼ਤਿਹਾਰ ਲੱਗਦਾ ਨਾ, ਤੇ ਪਹਿਲੀ ਲਾਈਨ ਇਹ ਲਿਖੀ ਹੁੰਦੀ ਵੀ ਮੁੰਡਾ ਜਾਂ ਕੁੜੀ ਜੱਟ ਸਿੱਖ ਹੋਣੇ ਚਾਹੀਦੇ ਨੇ। ਤੇ ਮੈਂ ਇੱਕੋ ਗੱਲ ਕਹਿੰਦਾ ਨਾ, ਜਦੋਂ ਜੱਟ ਦੇ ਸਿੱਖ ਦੇ ਨਾਲ ਜੱਟ ਲੱਗ ਗਿਆ ਨਾ, ਤੇ ਤੁਹਾਡੀ ਸਿੱਖੀ ਉੱਥੇ ਦਮ ਤੋੜ ਗਈ, ਉੱਥੇ ਖਤਮ ਹੋ ਗਈ ਤੁਹਾਡੀ। ਕਿਉਂਕਿ ਤੁਸੀਂ ਖੁਦ ਹੀ ਮੰਨਦੇ ਹੋ, ਮੈਂ ਨਹੀਂ ਕਹਿ ਰਿਹਾ, ਤੁਸੀਂ ਕਹਿੰਦੇ ਗੁਰੂ ਸਾਹਿਬ ਕਹਿੰਦੀ ਜਿਹਦੀ ਜਾਤ ਉਹ ਸਿੱਖ ਨਹੀਂ ਹੈਗਾ। ਫਿਰ ਜਦੋਂ ਤੁਸੀਂ ਜਾਤ ਜਸਟੀਫਾਈ ਕਰਕੇ ਅਖਬਾਰ ਤੇ ਲਿਖ ਰਹੇ ਹੋ, ਫਿਰ ਸਿੱਖ ਕਹਾਉਣ ਦਾ ਤੁਹਾਨੂੰ ਕੋਈ ਹੱਕ ਹੀ ਹੈ ਨਹੀਂ ਗਾ। ਫਿਰ ਐਵੇਂ ਝੰਡਾ ਬਰਦਾਰ ਨਾ ਬਣਿਆ ਕਰੋ। ਇਹ ਗੱਲ ਬੜੇ 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 ਬੜਾ ਸਪਸ਼ਟ ਝੂਠ ਬੋਲਦੇ ਨੇ ਵੀ ਜਾਤ ਪਾਤ ਗੁਰੂ ਨੇ ਖਤਮ ਕਰਤੀ ਸੀ। ਜਾਤ ਪਾਤ ਗੁਰੂ ਨੇ ਖਤਮ ਨਹੀਂ ਕੀਤੀ, ਗੁਰੂ ਨੇ ਖਤਮ ਕਰਨ ਵਾਸਤੇ ਕਿਹਾ ਸੀ, ਪਰ ਤੁਸੀਂ ਨਹੀਂ ਕੀਤੀ, ਆਪਣੇ ਤੇ ਗੱਲ ਲੈ ਕੇ ਨਹੀਂ ਆਉਣੀ। जे खत्म होई हुंदी होर ते गल छड्डो साडी 5 सालां च डेवलपमेंट ए होई आ 500 सालां च सॉरी मैं 500 सालां च साडी डेवलपमेंट ए होई भी साडीਆਂ कबरां भी इकट्ठियां नहीं हो पाईਆਂ जी जिउंदे बंदे दी गल छड्डो सानूं मरन तों बाद भी डर है भी जिहड़ा इक जिन्नूं असीं छोटी जात वाला समझ लैंदे आं खौती वड्डियां जातां भी ओह किते मेरी खब्बर च सड़ गया ते किते मगरों साडे मोए बुढ़े नूं ना चंबड़ जांदा होवे किते शूत ना कर दिंदा होवे सही तो ਇਹ ਚੀਜ਼ਾਂ ਨੇ ਜਦੋਂ ਜਦੋਂ ਕੋਈ ਡਿਵੈਲਪਮੈਂਟ ਨਹੀਂ ਹੋਈ ਪ੍ਰੋਗਰੈਸ ਹੀ ਨਹੀਂ ਹੋਈ ਹੁਣ ਗੱਲ ਵੀ ਵਿਗਿਆਨ ਯੁੱਗ ਦੀ ਗੱਲ ਕਰਾਂਗੇ ਗੱਲ ਹਾਸੇ ਵਾਲੀ ਵੀ ਕਈਆਂ ਨੂੰ ਗੁੱਸਾ ਵੀ ਲੱਗੂਗਾ ਅਗਲੇ ਚੰਦਰਮਾ ਤੇ ਕਲੋਨੀਆਂ ਕੱਟਣ ਨੂੰ ਤਿਆਰ ਹੋ ਗਏ ਆ ਵਿਗਿਆਨ ਕਿੱਥੇ ਪਹੁੰਚ ਗਈ ਤੇ ਸਾਡਾ 500 ਸਾਲਾਂ ਚ ਕੈਲੰਡਰ ਵੀ ਸੂਤਰ ਆਇਆ ਸਹੀ ਹੋਰ ਤਾਂ ਕਰਨਾ ਕੀ ਸਾਡਾ ਤਾਂ ਕੈਲੰਡਰ ਹੀ ਨਹੀਂ ਬਣਿਆ ਹਰ ਸਾਲ ਲੜਾਈਆਂ ਨੇ 2-2 ਸਗਰਾਦਾਂ 2-2 ਮੱਸਿਆ 2-2 ਗੁਰਪੂਰਬ ਅੱਧਾ ਧੜਾ ਇੱਕ ਪਾਸੇ ਆ ਫਲਾਣੇ ਦਾ ਕੈਲੰਡਰ ਆ ਢਿੰਗਰੇ ਦਾ ਕੈਲੰਡਰ ਆ ਦੂਜੇ ਦਾ ਕੈਲੰਡਰ ਹੈ ਤੁਸੀਂ ਇਹ ਕੈਲੰਡਰ ਨਹੀਂ ਡਿਵੈਲਪ ਕਰ ਪਾਏ ਹੋਰ ਤਾਂ ਕਰਨੇ ਕੀ ਹੈ ਜੀ ਤੇ ਇੱਕ ਸਵਾਲ ਹੈ ਕੌੜੀਆਂ ਨੇ ਪਰ ਸੱਚੀਆਂ ਜੀ ਬਿਲਕੁਲ ਵਿਜੇ ਹੋਰਾਂ ਦੇ ਵੱਲੋਂ ਉਹ ਕਹਿੰਦੇ ਜੀ ਕਿ ਮੇਰਾ ਵੀ ਰੱਬ ਦੀ ਹੋਣ ਦੇ ਬਜਾਏ ਇੱਕ ਐਸੀ એનર્ਜੀ ਨੂੰ ਮੈਂ ਮੰਨਦਾ ਜੋ ਪੂਰੇ ਯੂਨੀਵਰਸ ਨੂੰ ਚਲਾ ਰਹੀ ਹੈ ਉਹ ਕਹਿੰਦੇ ਧਰਤੀ ਵਾਲਾ ਰੱਬ ਤਾਂ ਨਹੀਂ ਬਟ ਕੋਈ ਨਾ ਕੋਈ ਪਾਵਰ ਤਾਂ ਹੈ ਜਿਹੜੀ ਬਿਗ ਬੈਂਗ ਬਲਾਸਟ ਤੋਂ ਲੈ ਕੇ ਹੁਣ ਤੱਕ ਪੂਰੇ ਯੂਨੀਵਰਸ ਨੂੰ ਮੋਸ਼ਨ ਦੇ ਵਿੱਚ ਰੱਖ ਰਹੀ ਹੈ ਸੋ ਤੁਹਾਡੇ ਕੀ ਵਿਚਾਰ ਹੈ ਇਹਦੇ ਬਾਰੇ ਹੁਣ ਜਦੋਂ ਮੈਂ ਵਿਗਿਆਨਕ ਨਜ਼ਰੀਏ ਨਾਲ ਗੱਲ ਕਰਾਂ ਤੇ ਫਿਰ ਉੱਥੇ ਗੱਲ ਆ ਜਾਂਦੀ ਜਿੰਨਾ ਚਿਰ ਉਹ ਪਾਵਰ ਪ੍ਰੂਵ ਨਹੀਂ ਹੁੰਦੀ ਵੀ ਹੈ ਕੀ ਤੇ ਉਹਨੂੰ ਰੱਬ ਦਾ ਜਾਂ ਕੋਈ ਹੋਰ ਨਾਂ ਦੇ ਦੇਣਾ ਵੀ ਗਲਤ ਹੈ ਨਾ ਜੀ ਵਿਗਿਆਨ ਜਿਹੜੇ ਵਿਗਿਆਨ ਦੀ ਜਿਹੜੀ ਸਿੱਧੂ ਸਾਹਿਬ ਪਿਛਲੇ ਹਜ਼ਾਰਾਂ ਸਾਲਾਂ ਚ ਉਨੀ ਤਰੱਕੀ ਨਹੀਂ ਹੋਈ ਜਿੰਨੀ ਪਿਛਲੇ 20-30 ਸਾਲਾਂ ਚ ਵਿਗਿਆਨ ਨੇ ਡਿਵੈਲਪਮੈਂਟ ਕੀਤੀ ਆ ਜੀ ਤੇ ਵਿਗਿਆਨ ਨੇ ਹੱਥ ਨਹੀਂ ਖੜੇ ਕੀਤੇ ਅਜੇ ਕਿਸੇ ਮਸਲੇ ਤੇ ਇੱਕ ਗੱਲ ਯਾਦ ਰੱਖਿਓ ਜਿਵੇਂ ਜਿਵੇਂ ਵਿਗਿਆਨ ਦਾ ਘੇਰਾ ਵਧੇਗਾ ਰੱਬ ਦਾ ਘੇਰਾ ਘਟੇਗਾ ਜੀ ਔਰ ਘਟਿਆ ਹੈ ਜਦੋਂ ਸੂਰਜ ਨੂੰ ਸੂਰਜ ਦਾ ਨਾਂ ਨਹੀਂ ਨਾ ਦਿੱਤਾ ਗਿਆ ਜਦੋਂ ਕਿਸੇ ਨੂੰ ਪਤਾ ਨਹੀਂ ਹੈ ਕੀ ਹੈ ਤੇ ਮੇਰੇ ਖਿਆਲ ਨਾਲ ਇੱਕ ਜਦੋਂ ਲੋਕ ਬਾਹਰ ਨਿਕਲਦੇ ਘਰਾਂ ਚ ਤਪਸ਼ ਪੈਂਦੀ ਧੁੱਪ ਪੈਂਦੀ ਸੀ ਤੇ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੀ ਹੈ ਤੇ ਹੈ ਕੀ ਚੀਜ਼ ਜਦੋਂ ਇੱਕ ਬੰਦਾ ਦੂਜੇ ਨੂੰ ਪੁੱਛਦਾ ਸੀ ਨਾ ਵੀ ਇਹ ਕੀ ਹੈ ਯਾਰ ਸਵੇਰੇ ਗਰਮੀ ਲੱਗਣ ਲੱਗ ਜਾਂਦੀ ਹੈ ਨਾ ਇਹ ਚੜ੍ਹਦਾ ਤੇ ਵੀ ਉਹ ਅਗਲੇ ਦਾ ਜਵਾਬ ਇਹੋ ਹੀ ਹੁੰਦਾ ਹੋਊਗਾ ਵੀ ਰੱਬ ਜਾਣੇ ਕਿਉਂਕਿ ਜਿਹੜੀ ਗੱਲ ਨਹੀਂ ਨਾ ਪਤਾ ਸਾਡੇ ਸਾਡੇ ਦਿਮਾਗ ਦੇ ਵੀ ਹਾਂ ਪਰਮਾਤਮਾ ਜਾਣੇ ਪਤਾ ਨੀ ਕੀ ਉਹਦੇ ਰੰਗ ਨੇ ਹਨਾ ਪਰ ਹੁਣ ਸੌਖਾ ਹੋ ਗਿਆ ਹੁਣ ਗੂਗਲ ਤੇ ਪਾ ਦਿੰਦੇ ਇਹ ਗੱਲਾਂ ਹਾਂ ਵੀ ਬਿਲਕੁਲ ਤੇ ਹੁਣ ਗੱਲ ਇਹ ਹੋ ਗਈ ਵੀ ਹੁਣ ਸੂਰਜ ਨੂੰ ਸੂਰਜ ਦਾ ਨਾਂ ਮਿਲ ਗਿਆ ਇਹ ਕਿੰਨੇ ਨਾਂ ਦਿੱਤਾ ਵਿਗਿਆਨ ਨੇ ਸੂਰਜ ਦੀ ਕਿਰਿਆ ਸਾਨੂੰ ਕਿੰਨੇ ਦੱਸੀ ਹੈ ਵਿਗਿਆਨ ਨੇ ਸੂਰਜ ਕਿਸ ਤਰ੍ਹਾਂ ਕੰਮ ਕਰਦਾ ਹੈ ਇਹਦੇ ਚੋਂ ਕਿੰਨੀਆਂ ਕਿਰਨਾਂ ਨਿਕਲਦੀਆਂ ਉਸ ਤੋਂ ਟੈਂਪਰੇਚਰ ਕਿੰਨਾ ਨਿਕਲਦਾ ਧਰਤੀ ਤੇ ਕਿੰਨਾ ਪਹੁੰਚਦਾ ਇਹਦੇ ਵਿੱਚ ਕੀ ਸਿਸਟਮ ਹੈਗਾ ਹਨਾ ਇਹ ਸਾਨੂੰ ਵਿਗਿਆਨ ਨੇ ਦੱਸਿਆ ਕਿਸੇ ਧਾਰਮਿਕ ਪੈਗੰਬਰ ਨੇ ਜਾਂ ਕਿਸੇ ਰਿਸ਼ੀ ਮੁਨੀ ਨੇ ਗੱਲਾਂ ਨਹੀਂ ਦੱਸੀਆਂ ਜਿਹੜੀਆਂ ਗੱਲਾਂ ਸਾਨੂੰ ਵਿਗਿਆਨ ਨੇ ਦੱਸੀਆਂ ਨੇ ਨਾ ਅਸੀਂ ਉਹੀ ਗੱਲਾਂ ਕਰਦੇ ਹਾਂ ਤੇ ਅੱਜ ਛੋਟੇ ਜਿਹੇ ਬੱਚੇ ਨੂੰ ਵੀ ਕਹੋਗੇ ਨਾ ਵੀ ਉਹ ਕੀ ਆ ਤੇ ਉਹਨੇ ਇਹ ਨਹੀਂ ਕਹਿਣਾ ਵੀ ਰੱਬ ਜਾਣੇ ਜਾਂ ਪਰਮਾਤਮਾ ਜਾਣੇ ਉਹਨੇ ਕਹਿਣਾ ਸੂਰਜ ਆ ਕਿਉਂਕਿ ਉਹਨੂੰ ਗਿਆਨ ਹੋ ਗਿਆ ਚੀਜ਼ ਦਾ ਤੇ ਇੱਥੋਂ ਇਹ ਸਾਬਤ ਹੁੰਦਾ ਵੀ ਜਿਵੇਂ ਜਿਵੇਂ ਵਿਗਿਆਨ ਹਜੇ ਵੀ ਜਿੱਥੇ ਵਿਗਿਆਨ ਕਈ ਜਿਹੜੇ ਰਹੱਸ ਰਹਿੰਦੇ ਨੇ ਕੁਦਰਤ ਜਿੱਥੇ ਜੇ ਵਿਗਿਆਨ ਨਹੀਂ ਪਹੁੰਚੀ ਉੱਥੇ ਅਜੇ ਫਿਰ ਰੱਬ ਦਾ ਨਾਂ ਆ ਜਾਂਦਾ ਹੁਣ ਕਿਸੇ ਨੂੰ ਪੁੱਛੋਗੇ ਵੀ ਉਹ ਕੀ ਅਸਮਾਨ ਜਦੋਂ ਕਹਾਂਗੇ ਉਹ ਮੰਗਲ ਗ੍ਰਹਿ ਜਦੋਂ ਕਹਾਂਗੇ ਸ਼ਨੀ ਗ੍ਰਹਿ ਉਸ ਤੋਂ ਕਹਾਂ ਜਿੱਥੋਂ ਗੱਲ ਮੁੱਕ ਜਾਂਦੀ ਫਿਰ ਉਹਨੂੰ ਕਹਾਂ ਪਰਮਾਤਮਾ ਜਾਣੇ ਪਰ ਜਦੋਂ ਉੱਥੇ ਵੀ ਪਹੁੰਚ ਕੇ ਪਰਮਾਤਮਾ ਬਹੁਤ ਦੂਰ ਹੋ ਜਾਣਾ ਤੇ ਜਿਵੇਂ ਜਿਵੇਂ ਵਿਗਿਆਨ ਦਾ ਘੇਰਾ ਵਧੇਗਾ ਜਿਹੜਾ ਪਰਮਾਤਮਾ ਦਾ ਘੇਰਾ ਉਹ ਘਟੇਗਾ ਜੀ ਇਹ 'ਚ ਕੋਈ ਦੋ ਰਾਏ ਨਹੀਂ ਗੱਲਾਂ ਕਹਿੰਦੇ ਬਹੁਤ ਹੀ ਵਜ਼ਨਦਾਰ ਨੇ ਇਹ ਗੱਲਾਂ ਤੁਹਾਡੀਆਂ ਔਰ ਇਸ ਨੂੰ ਬਾਈ ਹਰਫੂਲ ਕੋਟਪਾਈ ਹੋ ਰਿਹਾ ਜਿਹੜੇ ਜੀ ਉਹ ਸਲਾਹ ਰਹੇ ਨੇ ਉਹਨਾਂ ਦਾ ਮੈਸੇਜ ਆਇਆ ਕੁਝ ਹੋਰ ਮੈਸੇਜ ਵੀ ਹੈ ਜਿਹੜੇ ਸਮਝਦੇ ਨੇ ਕਿ ਇਹ ਗੱਲਬਾਤ ਸਾਡੀ ਵਧੀਆ ਕੋਸ਼ਿਸ਼ ਇਹੀ ਹੈ ਕਿ ਅਸੀਂ ਕਿਤੇ ਨਾ ਕਿਤੇ ਰਹੱਸ ਤੋਂ ਪਰਦਾ ਚੱਕੀਏ ਸੱਚ ਜਿਹੜਾ ਲੱਗਦਾ ਉਹਦੇ ਤੇ ਗੱਲ ਕਰੀਏ ਸੰਵਾਦ ਹੈ ਕਿਉਂਕਿ ਜਿਵੇਂ ਤੁਸੀਂ ਗੱਲਾਂ ਕੀਤੀਆਂ ਬਹੁਤ ਸਾਰੀਆਂ ਚੰਗੀਆਂ ਲੱਗਦੀਆਂ ਸਾਰੇ ਸਰੋਤਿਆਂ ਨੂੰ ਸ਼ਾਇਦ ਚੰਗੀਆਂ ਲੱਗਦੀਆਂ ਹੋਣਗੀਆਂ ਜੇ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਜ਼ਰੂਰ ਉਹ ਸਾਡੇ ਨਾਲ ਵਿਚਾਰ ਚਰਚਾ ਕਰ ਸਕਦਾ ਜਿੱਥੇ ਵੀ ਕਿਸੇ ਨੂੰ ਲੱਗਦਾ ਹੋਵੇ ਸੋ ਬਾਈ ਗੁਰਚਰਨ ਹੋਰੇ ਵੀ ਕਹਿੰਦੇ ਕਿ ਭਾਟਾ ਕਲਾਂ ਵਾਲੇ ਕਹਿੰਦੇ ਜੀ ਬਹੁਤ ਵਧੀਆ ਵਿਚਾਰ ਨੇ ਸੋ ਚੰਗੀ ਗੱਲ ਹੈ ਜੀ ਤੁਸੀਂ ਇੰਡੀਆ ਦੇ ਵਿੱਚ ਬੈਠੇ ਜਿਹੜੇ ਸੁਣਦੇ ਹੋ ਤੇ ਨਾਲ ਨਾਲ ਫੀਡਬੈਕ ਵੀ ਭੇਜ ਰਹੇ ਹੋ ਕੈਨੇਡਾ ਅਮਰੀਕਾ ਵਾਲੇ ਅਗੇ ਇਸ ਵਕਤ ਗੱਡੀ ਗੇਅਰ ਦੇ ਵਿੱਚ ਪਾਈ ਹੋਈ ਹੈ ਬੰਦੇ ਰੋਡ ਤੇ ਹੋਣਗੇ ਮੰਨਦੇ ਆ ਪਰ ਫੀਡਬੈਕ ਜਿੱਥੋਂ ਵੀ ਆ ਰਹੀ ਹੈ ਸਾਨੂੰ ਚੰਗੀ ਆ ਰਹੀ ਹੈ ਜਾਂ ਮਾੜੀ ਆ ਰਹੀ ਹੈ ਫੀਡਬੈਕ ਦਾ ਸਵਾਗਤ ਹੈ ਜੀ ਸੋ ਬਹੁਤ ਵਧੀਆ ਤੇ ਰੀਅਲ ਗੱਲਾਂ ਨੇ ਜੀ ਇਹ ਗੱਲਾਂ ਕਿਤਾਬਾਂ 'ਚ ਨਹੀਂ ਮਿਲਦੀਆਂ ਪਰ ਸਿੱਧੂ ਲਾਈਵ 'ਚੋਂ ਮਿਲ ਰਹੀਆਂ ਨਾ ਅੱਜ ਬਹੁਤ ਮਿਹਰਬਾਨੀ ਹਰਦਿਆਲ ਸਿੰਘ ਜੀ ਤੁਹਾਨੂੰ ਜਿਹੜਾ ਅੱਜ ਦੇ ਸ਼ੋਅ ਦੇ ਵਿੱਚ ਸ਼ਾਮਲ ਹੋਏ ਮਹਿਮਾਨ ਦੀਆਂ ਗੱਲਾਂ ਪਸੰਦ ਆਈਆਂ ਔਰ ਮੈਂ ਖੁਸ਼ਨ ਸੀ ਵਾਕੇ ਬਾਈ ਜੀ ਹੋਰਾਂ ਦੇ ਨਾਲ ਅਚਨਚੇਤੀ ਅਸੀਂ ਸਵਾਬ ਬਣਾ ਲਿਆ ਕਿ ਚਲੋ ਇੱਧਰ ਨੂੰ ਗੱਲ ਕਰਦੇ ਸੋ ਇੱਕ ਕਾਲਰ ਹੋਰ ਨੇ ਜੀ ਅਸੀਂ ਇਹਨਾਂ ਦੇ ਨਾਲ ਵੀ ਜੁੜਦੇ ਹਾਂ ਹਾਂਜੀ ਸਵਾਗਤ ਬਾਈ ਜੀ ਹਾਂਜੀ ਬਾਈ ਮੈਂ ਕਿਹਾ ਬਾਈ ਉਹਨਾਂ ਨੂੰ ਪੁੱਛੋ ਜਿਹੜਾ 84 ਲੱਖ ਜੂਨ ਤੋਂ ਡਰਾਉਂਦੇ ਆ ਭਾਈ ਸਾਡੇ ਇਹਦਾ ਕੀ ਹਿਸਾਬ ਕਿਤਾਬ ਹੈ ਇਹ ਵੀ ਦੱਸੋ ਮਾੜਾ ਕਿੰਨੇ ਦੁਨੀਆ ਹੈ ਓਕੇ ਬਾਈ ਜੀ ਜੀ ਜੂਨਾਂ ਹੁੰਦੀਆਂ जूना बारे ना अजे तक साइंस नहीं डिकलेयर कर पाई भी टोटल किनिया ने, और मेनू नहीं पता जो भाई साहब गिणते ने इन्होंने किस तरह समुद्र के थले वड़ के गिनती कर ली जूना किनिया ने, है ना। और जूना वधिया ने, ये गल्लां हज़ारां साल पुरानियां लिखियां ने 84 लाख जड़ियां, और इन्हां च कोई सच्चाई नहीं, ये पता नहीं हैगा तीर तुक्का, पर ये विग्यान मनदी भी बड़े जीव लुप्त हो गए ने धरती तो, बड़े नवे पैदा हो गए ने, है ना जी। मैं नाल ही और ये जोड़ ला जी। हां जी, हां जी, हां जी, स्वागत जी। मेरा पिछोकड़ राजस्थान तो हाँ, और मैं तुहानू दसदा कि जदों असीं बिल्कुल छोटे पढ़न जांदे हुंदे सी ते राजस्थान च पानी दी कमी कारण ओह लोक पिंड वाले राह दे विच घड़े भर के रखदे सी, और उस घड़े दे उत्ते इक डब्बा रखिआ जांदा सी, और उस डब्बे नू ना कोई चोरी करदा सी ना कोई जूठा करदा सी, असीं बुक नाल पानी पींदे सी। ओनू कंपेयर करके अज वेख लो असीं किथे हां। सत श्री अकाल जी। बिल्कुल सही गल सुनी। हजे जवाब ना दिओ जी, कॉलर होर ने, इन्हां दा सवाल भी आपां नाल ही साझा कर लईए। हां जी, स्वागत। हां जी, सत श्री अकाल सिद्धू साहब, बड़ा वधिया अपना टॉपिक टप है जी। मैं अपना वीर जी गल कर रहे थे कि इन्हां दे पेरेंट्स और चाहते थे कि गुरु आए हो जी यात्रा मारिए ना, ये वधिया रह गए। इन्होंने हटाना जी, मैं साडा परिवार साडे बाबू ने 6 ब्रदर सीगे जी, बहुत वड्डी फैमिली सीगी, साडा बड़ा वधिया प्यार सी फैमिली जी, कनेडा च सारे वधिया सैटल ने, सारे काम करदे सीगे जी, पूरे वधिया आपदी जी दे सारे जाने जी, हर वीकेंड ते इकट्ठे भी हुंदे सी, 2 वीकां बाद भी इकट्ठे हुंदे सी। साडे जो एक फैमिली जी आप सिंह वाले पासे नूं पंप सिंह साथी कहण दा मतलब गुरु वाले हो गए जी, जिद्दां दे गुरु वाले हो गए जी, ओह बंदे साडे तों घट हो गए, आपकी उम्र से तरक्की हो गई, सब हो गए जी, बंदे थोड़ा जहा हंकार भी आ गया। ये हंकार वाली गल साडे मेरे पाया जी आप मन्ने साडे कोल बैठ के कहंदे बिल्कुल गल सच्ची आ, ये बंदा गुरु वाला हो जांदा कि बंदे च हंकार आ जांदा जी। देखो उन्हां ने बड़ा वधिया काम करदे सीगे, पर गुरु दे पासे टाइम कढण ला के दूजे पासे आपकी तरक्की का कर लिया। यात्रा कोल तो पहला भी मेरे पाया जी ने किसी का नुकसान नहीं किया, उस तों बाद किसी का माड़ा नहीं किया होना, चंगा किया होना, पिंड किसी बंदे का नहीं माड़ा किया। की होया जी, अज दे आपको दूर हो गए ने, साडे पिकनिक भी नहीं आउंदे, साडे घरां दे फंक्शनां भी नहीं आउंदे, जे आउंदे आ पहला 10 मिनट बैठ के मिल के चले जांदे जी। दसो हुण असीं उहदे चों की कड्ढिआ जी। धन्नवाद जी, बहुत मेहरबानी जी। जी भाई जी। हाँ जी, सिद्धू साहब नहीं इन्हों के विचार सुने मैं, ये व्यक्तिगत अड्डो अड्ड बंदे का माइंड सैट होंगे। मैं इस गल नाल ये नहीं कहता भी जिन्ने लोग जो अमृत छक लेंगे तो सारे हंकार आ जाता, सारी जनता इक्को जी नहीं होंगी। कई लोग ये मनुखी फितरत दे विच आ, मैं नहीं सोचता भी अमृत छक के बंदे च कोई चेंज है। मेरी तो सगों इस भी चेंज नहीं आता, जिस तरह का बंदा पहलों तरह का रहिंदा है, ये कुछ मन वह होंगे। हाँ, कुछ चंद लोग ये होणगे जिन्हां नूं ये होंदा भी दूजे नूं हेट करन लग जांदे, उन्हां नूं ये लगदा भी मैं खरे किसी ते पवित्र जीव बन गया धरती ते अमृत छक के, ਜਿਹੜੇ ਦੂਜੇ ਨੇ ਕੀੜੇ ਮਕੌੜੇ ਤੁਰੇ ਫਿਰਦੇ ਨੇ, ਹਨਾ। ਔਰ ਬਹੁਤਿਆਂ ਨਾਲ ਜਦੋਂ ਕਿਤੇ ਵਾਰਤਾ ਹੁੰਦੀ ਨਾ, ਇਵਨ ਫੇਸਬੁੱਕ ਤੇ ਵੀ ਜਦੋਂ ਧਰਮ ਦੇ ਮੁੱਦੇ ਤੇ ਗੱਲ ਹੁੰਦੀ ਤੇ ਪਹਿਲਾ ਕੁਐਸਚਨ ਪਤਾ ਕੀ ਹੁੰਦਾ? ਹੰਕਾਰ ਹੀ। ਜਿਵੇਂ ਇਹਨਾਂ ਗੱਲ ਕਹੀ, ਹੰਕਾਰ ਜਿਹੜਾ ਸਵਾਲ ਦਾ ਜਵਾਬ ਨਹੀਂ ਦੇਣਾ, ਉਹਨਾਂ ਕਹਿਣਾ ਵੀ ਤੂੰ ਭੇਡ ਤੋਂ ਪਹਿਲੋਂ ਗੁਰੂ ਵਾਲਾ ਬਣ, ਫਿਰ ਉਹ ਦਾੜੀ ਰੱਖ, ਵੀ ਚੂੜਾ ਰੱਖ, ਕੇਸ ਰੱਖ ਤੇ ਫਿਰ ਸਵਾਲ ਕਰੀ, ਤੂੰ ਓਦਾਂ ਸਾਨੂੰ ਸਵਾਲ ਨਹੀਂ ਕਰ ਸਕਦਾ। ਤੇ ਹੁਣ ਮੈਂ ਮੇਰਾ ਇੱਕ ਛੋਟਾ ਜਿਹਾ ਵੀ ਮੰਨ ਲਓ, ਇੱਕ ਅੰਮ੍ਰਿਤਧਾਰੀ ਬੰਦਾ ਜਿਹੜਾ ਕੋਈ ਸਿੱਖ, ਉਹ ਤੋਂ ਕੋਈ ਕ੍ਰਾਈਮ ਹੋ ਜਾਂਦਾ, ਹਨਾ ਜੀ, ਉਹਨੂੰ ਅਦਾਲਤ ਪੇਸ਼ ਕੀਤਾ ਜਾਂਦਾ ਤੇ ਹੁਣ ਜੱਜ ਦੇ ਹੱਥਾਂ ਮੋਨਾ, ਤੇ ਜਿਹੜਾ ਸਰਕਾਰੀ ਵਕੀਲ ਉਹ ਵੀ ਮੋਨਾ ਹੈ। ਕੀ ਉਹ ਬੰਦਾ ਅਦਾਲਤ ਚ ਜੱਜ ਨੂੰ ਕਹੇਗਾ ਪਹਿਲਾਂ ਅੰਮ੍ਰਿਤ ਛਕ ਕੇ ਆ ਤੇ ਮੈਂ ਗੱਲ ਹੀ ਕਰਨਾ ਫੇਰ ਕਰਨੀ ਜੀ, ਵੀ ਮੈਂ ਤਾਂ ਮੋਨੇ ਬੰਦੇ ਨਾਲ ਗੱਲ ਹੀ ਨਹੀਂ ਕਰਦਾ, ਵੀ ਤੂੰ ਜੱਜ ਆ, ਤੂੰ ਵਕੀਲ ਆ, ਤੇ ਤੂੰ ਐਂ ਕਰੋ ਤੁਸੀਂ ਪਹਿਲਾਂ ਦੋਵੇਂ ਜਣੇ ਗਾਤਰਾ ਪਾ ਕੇ ਆਓ ਤੇ ਫਿਰ ਮੇਰੇ ਤੇ ਕੇਸ ਚਲਾਇਆ ਜੇ, ਮੈਂ ਤਾਂ ਗੁਰਸਿੱਖ ਬੰਦਾ ਤਾਂ ਮੈਂ ਗੱਲ ਹੀ ਗੁਰਸਿੱਖ ਨਾਲ ਕਰਦਾ ਜੀ। ਇਹ ਗੱਲ ਨਹੀਂ ਹੁੰਦੀ। ਸਵਾਲ वाजिब होना चाहिए। सवाल भावे तुहानू हिंदू करे, भावे कोई नास्तिक करे, भावे मुसलमान करे, भावे वो मोना है, वो दाड़ी वाला है, पग वाला, ये मैटर नहीं करता। जो उसदा सवाल गलत है तो गल नू गलत साबित करो, पर सवाल का जवाब देने की बजाय इक्को गल्ल फड़ लैनी भी तू गुरु वाला बन के आ, भी पहलो तू पग बन के दाड़ी रख के ते अमृत छक के आ, वही तेरे सवाल का जवाब ही तां देना, तू पहलो गुरु वाला बन, तेरी औकात की सवाल करन दी। ये की गल होई? ते मेरे ख्याल नाल ये भजन दा तरीका है सवाल तो, इस तों ज़्यादा कुछ नहीं हैगा जी। और अगलियां गल्लां जड़ियां जी आपां कर लईए होर, क्योंकि मिनट 4 ने। सो मैं चाहूंगा कि जिहड़ा समाज है अज जिथे खड़ा है, हाँ जी, ते उत्थे सोशल मीडिया की भूमिका किहो जी है? ਤੁਸੀਂ ਬਹੁਤੇ ਉਸਾਰੂ ਕੰਮਾਂ ਦੇ ਵਿੱਚ ਵੀ ਹਿੱਸਾ ਪਾਉਂਦੇ ਹੋ, ਲੋੜਵੰਦਾਂ ਦਾ ਸਾਥ ਸਹਿਯੋਗ ਦੇਣ ਦੀ ਗੱਲ ਵੀ ਕਰਦੇ ਰਹਿੰਦੇ ਹੋ ਔਰ ਹੋਰ ਵੀ ਹੈ। ਤੇ ਸੋਸ਼ਲ ਮੀਡੀਆ ਜਿਵੇਂ ਅੱਜ ਆਪਾਂ ਦਿਨੇ ਵੀ ਗੱਲ ਕਰਦੇ ਸੀ ਕਿ ਇੱਕ ਬੜਾ ਵਧੀਆ ਪਲੇਟਫਾਰਮ ਆਪਦੀ ਗੱਲ ਰੱਖਣ ਦਾ, ਇਹਨੂੰ ਕਿਵੇਂ ਦੇਖਦੇ? ਹਾਂਜੀ, ਨਹੀਂ ਮੇਰੇ ਖਿਆਲ ਨਾਲ ਤੇ ਵਧੀਆ ਹੈ ਸਿੱਧੂ ਸਾਹਿਬ, ਜਿਹੜੀ ਮੇਰੀ ਅੱਜ ਆਵਾਜ਼ ਚਾਰ ਸਰੋਤੇ ਸੁਣ ਰਹੇ ਆ ਨਾ, ਜਦੋਂ ਅਖਬਾਰਾਂ ਦਾ ਜ਼ਮਾਨਾ ਸੀ ਨਾ, ਜਿਹੜੇ ਨਾਮਵਾਰੀ ਰਾਈਟਰ ਸੰਪਾਦਕੀ ਲੇਖ ਲੱਗਦੇ ਸੀ, ਇਹ ਤਾਂ ਮਤਲਬ ਕਿ ਸਾਨੂੰ ਇਹ ਬੜੀ ਵੱਡੀ ਚੀਜ਼ ਲੱਗਦੀ ਵੀ ਯਾਰ ਅਸੀਂ ਕਿਤੇ ਲਿਖ ਪਾਵਾਂਗੇ ਜਾਂ ਸਾਡੀ ਗੱਲ ਕੋਈ ਸੁਣੇਗਾ, ਹਨਾ। ਔਰ ਮੇਰੇ ਖਿਆਲ ਨਾਲ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਪਹਿਲਾਂ ਵਾਂਗੂ ਬਹੁਤ ਸਾਰੇ ਲੋਕਾਂ ਦੇ ਟੈਲੈਂਟ ਦੱਬਿਆ ਰਹਿ ਜਾਣਾ ਸੀ ਜੀ, ਜਿਹੜੀ ਮੁਹਾਰਤ ਉਹ ਜਿਹੜੀ ਹੈਗੀ ਲੋਕਾਂ ਦੇ ਵਿੱਚ ਉਹ ਦੱਬੀ ਰਹਿ ਜਾਣੀ ਸੀ। ਅੱਜ ਇੱਕ ਵਿਚਾਰ ਚਰਚਾ ਦਾ ਇੱਕ ਪਲੇਟਫਾਰਮ ਮਿਲ ਗਿਆ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਆਪਣੀ ਵਿਅਕਤੀਗਤ ਰਾਏ ਦੇ ਸਕਦੇ ਹੋ। ਜਿਹੜੇ ਨੁਕਸਾਨ ਆ ਮੈਂ ਪ੍ਰੋਗਰਾਮ ਦੀ ਸਟਾਰਟਿੰਗ 'ਚ ਤੁਹਾਨੂੰ ਦੱਸਿਆ ਵੀ ਨੁਕਸਾਨ ਬੜੇ ਸੁਸਾਈਡ ਤੱਕ ਕੀਤੇ ਲੋਕਾਂ ਨੇ, ਸੋਸ਼ਲ ਸਾਈਡ ਦੇ ਪਾਇਆ ਨੇ, ਕਿਉਂਕਿ ਬੰਦੇ ਦੀ ਸਮਾਜਿਕ ਜੀਵਨ ਵੀ ਖਤਮ ਕਰ ਦਿੰਦਾ ਸੋਸ਼ਲ ਮੀਡੀਆ ਜੀ। ਔਰ ਜਦੋਂ ਇਹ ਗੱਲ ਨਹੀਂ, ਇੱਥੇ ਗੁਨਾਹਗਾਰ ਉਹ ਆ ਜਿਹੜਾ ਸਾਹਮਣੇ ਆ ਜੇ, ਜਿਹਦਾ ਪਰਦਾ ਬਣਿਆ ਉਹ ਨਾ ਜਿਹੜਾ ਇਮਾਨਦਾਰ ਆ। ਗੱਲ ਉਹ ਆ ਵੀ ਇੱਥੇ ਪਰਨਾ ਜਿਹੜਾ ਇਹ ਰੁਝਾਨ ਮਾੜਾ ਹੈ, ਇਸ ਤੇ ਹੁਣ ਮੇਰੀ ਤਾਂ ਇੰਨੀ ਤੱਕ ਸਮਝ ਦੇ ਵਿੱਚ ਨਹੀਂ ਆ ਰਿਹਾ ਵੀ ਇਹਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ ਔਰ ਕਿਸ ਤਰ੍ਹਾਂ, ਪਰ ਇਹਨੂੰ ਨਾ ਕਿਸੇ ਤਰ੍ਹਾਂ ਇੱਥੇ ਲਗਾਮ ਹੋਣੀ ਚਾਹੀਦੀ ਹੈ। ਇਹਨਾਂ ਚੀਜ਼ਾਂ ਤੇ ਕਾਨੂੰਨ ਜ਼ਰੂਰ ਬਣਨੇ ਚਾਹੀਦੇ ਵੀ ਅਗਰ ਕੋਈ ਕਿਸੇ ਦੀ ਫੈਮਿਲੀ ਲਾਈਫ ਡਿਸਟਰਬ ਕਰਦਾ, ਕਿਸੇ ਦਾ ਨਿੱਜੀ ਪਰਸਨਲ ਵੀਡੀਓ ਸ਼ੇਅਰ ਕਰਕੇ ਉਹਦੀ ਜ਼ਿੰਦਗੀ ਖਰਾਬ ਕਰਦਾ ਜਾਂ ਇਹ ਬਾਰੇ ਇਹਨਾਂ ਚੀਜ਼ਾਂ ਤੇ ਵਿਚਾਰ ਜ਼ਰੂਰ ਹੋਣੀ ਚਾਹੀਦੀ ਹੈ। ਬਾਕੀ ਜੋ ਚੱਲਦਾ ਮਤਲਬ ਕਿ ਆਪਾਂ ਜੇ ਚੰਗਾ ਲੱਭਣ ਲੱਭ ਗਏ ਤਾਂ ਲੱਭ ਜੇ, ਹਰ ਚੀਜ਼ ਦੇ ਦੋ ਹੀ ਹੁੰਦੇ ਵੀ ਇੱਕ ਜਿਵੇਂ ਸਟਾਰਟਿੰਗ ਚ ਗਿਆ ਸੀ ਵੀ ਸਾਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ, ਨਾ ਕਿ ਦੁਰਵਰਤੋਂ ਕਰਨੀ ਚਾਹੀਦੀ ਹੈ ਜੀ। ਇੱਕ ਸਰੋਤੇ ਨੇ ਜੀ, ਅਸੀਂ ਇਹਨਾਂ ਦੀ ਕਾਲ ਲੈਂਦੇ ਹਾਂ ਤੇ ਫਿਰ ਅਗਲੇ ਸਵਾਲ ਤੋਂ ਮਾਫੀ ਚਾਹਾਂਗੇ। ਹਾਂਜੀ ਸਵਾਗਤ ਬਾਈ ਜੀ, ਸਰੋਤੇ ਸੱਜਣ ਨੇ ਸਾਡੇ। ਹਾਂਜੀ ਸੁਖਨੈਬ ਬਾਈ ਕਮਲ ਬੋਲਦਾ ਗਾ। ਹਾਂਜੀ ਬਾਈ ਜੀ ਕੀ ਹਾਲ ਹੈ? ਹਾਂਜੀ ਮੇਰਾ ਚੜ੍ਹਦੀ ਕਲਾ ਵੀਰ ਜੀ ਵਧੀਆ। ਮੇਰਾ ਇੱਕ ਸਵਾਲ ਆ ਵੀਰ ਜੀ ਨੂੰ, ਜੋ ਮੇਰੇ ਨਾਲ ਪਰਸਨਲ ਬੀਤਿਆ, ਹੱਥ ਵਿੱਚ ਹੀ ਗੱਲ ਕਰਦਾ ਮੈਂ। ਅੰਮ੍ਰਿਤ ਛਕੇ ਵਾਲਾ ਬੰਦਾ ਅੰਮ੍ਰਿਤ ਛਕੇ ਵਾਲਾ ਦਾ ਜੂਠਾ ਤਾਂ ਖਾ ਲੈਂਦਾ, ਦੂਜੇ ਦਾ ਨਹੀਂ ਖਾਂਦਾ। ਇੱਕ ਤਾਂ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਜਦੋਂ ਉਹਨਾਂ ਦਾ ਬਚ ਜਾਂਦਾ ਚਾਹੇ ਬੱਚੇ ਹੀ ਹੋਣ, ਉਹ ਆਪਣੇ ਮੂਹਰੇ ਕਰ ਦਿੰਦੇ ਆ ਵੀ ਆਹ ਲਓ ਹੁਣ ਤੁਸੀਂ ਖਾ ਲਓ। ਇਹ ਜੇ ਥੋੜਾ ਜਿਹਾ ਚਾਨਣਾ ਪਾ ਦੇਣ ਵੀ ਅੰਮ੍ਰਿਤ ਛਕੇ ਵਾਲਾ ਤੇ ਦੂਜੇ ਦਾ ਜੂਠਾ ਨਹੀਂ ਖਾ ਸਕਦਾ ਪਰ ਅੰਮ੍ਰਿਤ ਛਕੇ ਵਾਲਾ ਜੂਠਾ ਖਾ ਲੈਂਦਾ, ਇਹ ਇਹਨਾਂ ਦਾ ਗੁੱਸਾ ਨਹੀਂ ਸਮਝ ਆਇਆ ਮੈਨੂੰ ਜੀ। ਮਿਹਰਬਾਨੀ। ਮੇਰੇ ਖਿਆਲ ਨਾਲ ਵੀਰ ਜੀ ਦਾ ਸਵਾਲ ਤੇ ਵਾਜਬ ਆ, ਪਰ ਕਿਸੇ ਅੰਮ੍ਰਿਤਧਾਰੀ ਨੂੰ ਪੁੱਛਿਆ ਜਾਂਦਾ ਤਾਂ ਜ਼ਿਆਦਾ ਵਧੀਆ ਸੀ ਉਹਦੇ ਵਿਹਾਰ ਤੇ ਵੀ ਉਹ ਕਿਉਂ ਨਹੀਂ ਖਾਂਦੇ ਜਾਂ ਕਿੱਦਾਂ ਨਹੀਂ ਖਾਂਦੇ। ਮੇਰੇ ਖਿਆਲ ਨਾਲ ਇਹਦਾ ਜਵਾਬ ਉਹ ਬੈਟਰ ਦੇ ਸਕਦੇ ਨੇ, ਪਰ ਮੇਰੇ ਖਿਆਲ ਨਾਲ ਵੀ ਇਹ ਚੀਜ਼ ਨਹੀਂ ਜਿਹੜੀ ਸਾਂਝੀ ਵਾਲਤਾ ਨਾ, ਫਿਰ ਸਾਂਝੀ ਵਾਲਤਾ ਨਹੀਂ ਰਹਿ ਜਾਂਦੀ। ਜਦੋਂ ਤੁਸੀਂ ਮਨੁੱਖ ਨੂੰ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਚੰਗਾ ਕਦਮ ਆ ਵੀ ਅਸੀਂ ਲੋਕਾਂ ਨੂੰ ਹੋਰ ਜੋੜਨਾ, ਫਿਰ ਤੁਸੀਂ ਨਫ਼ਰਤ ਨਾਲ ਨਹੀਂ ਕਿਸੇ ਨੂੰ ਜੋੜ ਸਕਦੇ। ਤੁਸੀਂ ਇੱਕ ਜਿਹੜੀ ਕੱਟੜਤਾ ਦਾ ਰੂਪ ਆ ਨਾ ਬੰਦੇ ਨੂੰ ਹੋਰ ਦੂਰ ਕਰ ਦਿੰਦੀ ਹੈ, ਤੁਸੀਂ ਆਪਣੇ ਆਪ ਨੂੰ ਉਹਦਾ ਨਫ਼ਰਤ ਦਾ ਪਾਤਰ ਬਣਾ ਲੈਂਦੇ ਜਦੋਂ ਆਪਾਂ ਇੱਦਾਂ ਕਰਦੇ ਹਾਂ ਕਿਸੇ ਨਾਲ। ਹੁਣ ਪਹਿਲਾਂ ਇੱਕ ਕਾਲਰ ਜਿਹੜੇ ਕਹਿ ਕੇ ਗਏ ਸੀ ਵੀ ਉਹ ਸਾਡੇ ਤਾਏ ਜੀ ਹੋਣੀ ਹੈ ਤੇ ਉਹਨਾਂ ਤੇ ਹੰਕਾਰ ਬੜਾ ਆ ਗਿਆ, ਇੱਕ ਵਿਚਾਰਧਾਰਾ ਬਣ ਗਈ ਨਾ ਇਹਨਾਂ ਦੇ ਵਿੱਚ ਵੀ, ਉਹਨਾਂ ਦੇ ਵਿੱਚ ਹੰਕਾਰ ਆ ਗਿਆ ਤੇ ਦੂਰ ਹੋ ਗਏ ਨੇ ਉਹਨਾਂ ਤੋਂ। ਮੀਨਸ ਲਾਈਫ ਜੇ ਤੁਸੀਂ ਕਿਸੇ ਚੀਜ਼ ਨੂੰ ਵਧਾਉਣਾ ਚਾਹੁੰਦੇ ਹੋ ਫਿਰ ਤੁਹਾਨੂੰ ਇੱਕ ਇਹੋ ਜਿਹੀ ਲਾਈਫ ਕੁਆਲਿਟੀ ਦੇਣੀ ਪਵੇਗੀ ਕਿ ਮੈਂ ਇੰਪ੍ਰੈਸ ਹੋਵਾਂ, ਮੈਂ ਪ੍ਰਭਾਵਿਤ ਹੋਵਾਂ। ਔਰ ਬਹੁਤ ਬਹੁਤ ਵੱਡੀਆਂ ਗੱਲਾਂ ਨੇ ਜਦੋਂ ਝੂਠ ਬੋਲਿਆ ਜਾਂਦਾ ਇਸ ਗੱਲ ਕਰਕੇ। ਸਾਨੂੰ ਇਸ ਗੱਲ ਦਿੱਤਾ ਜਾਂਦਾ ਵੀ ਗੁਰੂ ਨੇ ਕੇਸਾਂ ਤੇ ਦਾੜੀ ਪਿੱਛੇ ਪੁੱਤ ਵਾਰਤੇ, ਫਲਾਣੇ ਭਾਈ ਤਾਰੂ ਸਿੰਘ ਨੇ ਬੰਦ ਕਟਾ ਲਿਆ ਪਰ ਕੇਸ ਨਹੀਂ ਕਟਾਏ। ਉੱਥੇ ਮਸਲਾ ਕੇਸਾਂ ਦਾ ਨਹੀਂ ਹੈਗਾ, ਮਸਲਾ ਧਰਮ ਪ੍ਰਵਿਰਤੀ ਦਾ ਵੀ ਨਹੀਂ ਹੈਗਾ, ਮਸਲਾ ਹੈ ਕਿਸੇ ਦੀ ਹਕੂਮਤ ਸਵੀਕਾਰਨ ਦਾ ਜੀ। ਸਹੀ ਗੱਲ, ਮੈਂ ਮਰਜ਼ੀ ਨਾਲ ਵਾਲ ਰੱਖਾਂ, ਮਰਜ਼ੀ ਨਾਲ ਕਟਾਲਾਂ, ਉਹ ਮੇਰੀ ਨਿੱਜਤਾ ਹੈ, ਉਹਦੇ ਤੇ ਗੁਰੂ ਨੂੰ ਵੀ ਕੋਈ ਇਤਰਾਜ਼ ਨਹੀਂ। ਪਰ ਜੇ ਸੁਖਨੈਬ ਸਿੱਧੂ ਭਾਜੀ ਮੇਰੇ ਨਾਲ ਗਨ ਪੁਆਇੰਟ ਤੇ ਕਹਿਣਗੇ ਵੀ ਤੂੰ ਕੇਸ ਕਟਾ ਤੇ ਉਹ ਜ਼ੁਲਮ ਆ। ਗੁਰੂ ਜੀ ਇਸ ਚੀਜ਼ ਦੇ ਖਿਲਾਫ ਲੜੇ ਸੀ ਵੀ ਧੱਕੇ ਨਾਲ ਤੁਸੀਂ ਕੋਈ ਵੀ ਆਪਦੀ ਚੀਜ਼ ਕਿਸੇ ਤੇ ਥੋਪ ਨਹੀਂ ਸਕਦੇ। ਜਦੋਂ ਖਾੜਕੂਆ ਦਾ ਦੌਰ ਚੱਲਿਆ ਸੀ ਤੇ ਸਾਡੇ ਸਕੂਲ 'ਚ ਹਿੰਦੂ ਟੀਚਰ ਪੜ੍ਹਦੇ ਹੁੰਦੇ ਸੀ ਤੇ ਜਿਨ੍ਹਾਂ ਨੂੰ ਗਨ ਪੁਆਇੰਟ ਤੇ ਇਹਨਾਂ ਸਿੰਘਾਂ ਨੇ ਪੱਗਾਂ ਬਣਾਤੀਆਂ ਸੀ ਸਿਰ ਤੇ, ਤਰ੍ਹਾਂ ਦੀਆਂ ਦਾੜੀਆਂ ਰਖਾਤੀਆਂ ਸੀ, ਹਾਲਾਂਕਿ ਉਹਨਾਂ ਉੱਤੇ ਅਸਰ ਨਹੀਂ ਤੁਸੀਂ। ਤੇ ਮੇਰੇ ਖਿਆਲ ਨਾਲ ਉਹ ਔਰੰਗਜ਼ੇਬ ਵਾਲੀ ਨੀਤੀ ਸੀ, ਇਹ 'ਚ ਫਰਕ ਕੋਈ ਨਹੀਂ। ਜੇ ਤਲਵਾਰ ਦੀ ਨੋਕ ਤੇ ਵਾਲ ਕਟਾਉਣੇ ਕੇਸ ਕਤਲ ਕਰਾਉਣੇ ਜੁਰਮ ਆ, ਤੇ ਬੰਦੂਕ ਦੀ ਨੋਕ ਤੇ ਜ਼ਬਰਦਸਤੀ ਕੇਸ ਰਖਾਉਣੇ ਵੀ ਉਸੇ ਕੈਟਾਗਰੀ 'ਚ ਹੀ ਹੁੰਦਾ ਜੀ। ਤੁਸੀਂ ਵੀ ਉਹੀ ਕੰਮ ਕਰ ਰਹੇ ਹੋ। ਤਾਂ ਮੇਰੇ ਖਿਆਲ ਨਾਲ ਇਹ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਇਹਨਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਗੁਰੂ ਸਾਹਿਬ ਦੀ ਕੁਰਬਾਨੀ ਸੀ, ਜੇ ਉਹਨਾਂ ਨੇ ਪੁੱਤ ਵਾਰਿਆ, ਜੇ ਉਹਨਾਂ ਪਰਿਵਾਰ ਵਾਰਿਆ, ਉਹ ਸਿਰਫ ਦਾੜੀ ਮੁੱਛਾਂ ਵਾਸਤੇ ਨਹੀਂ ਸੀਗਾ ਵੀ ਹਾਂ ਵੀ ਕੇਸ। ਮੇਰੇ ਖਿਆਲ ਨਾਲ ਜੇ ਗੁਰੂ ਸਾਹਿਬ ਦੇ ਕੋਲ ਕੋਈ ਮਰਜ਼ੀ ਨਾਲ ਵਾਲ ਕਟਾਉਣਾ ਚਾਹੁੰਦਾ ਹੋਵੇ ਤਾਂ ਗੁਰੂ ਸਾਹਿਬ ਨੂੰ ਕਦੀ ਨਹੀਂ ਲੋਕ ਮਿਲਦੇ, ਕਿਉਂਕਿ ਇੱਕ ਪ੍ਰਚਾਰ ਕਰ ਸਕਦੇ ਵੀ ਰੱਖਣੇ ਚਾਹੀਦੇ। ਪਰ ਮੇਰੇ ਖਿਆਲ ਨਾਲ ਉਹਨਾਂ जबरदस्ती आपको किसी थोपिया हो भी हाँ तू रख नहीं तो तेन मार देंगे। उन्होंने लड़ाई जुल्म के खिलाफ सी ना कि यह गलत भी वो जी भाई तारू सिंह ने वाला वाला पिछे कुरबानी नहीं सीगी पर मैं मर्जी न कटावा मर्जी न रखा पर दूजा बंदा मैनू कौन होंगे कहने वाला तू रख जा कट किसी के कहते नहीं पता वा लड़ाई ये सीगी जी। और गल कर रहे हैं जी नाल ही क्योंकि हुण समा तो साडे कोल समाप्ति वाला पर मैनूं बड़ा वधिया मैसेज आया बाई गगनदीप होरां दा कहने जे सोशल मीडिया ना हुंदा तां राम रहीम एक धर्म बन जाना सी ते बहुत सारियां होर गल्लां जिहड़ियां पुछ रहे आ। सो सज्जणो इस गलबात नूं जरूर असीं YouTube दे उत्ते पावांगे MP3 तां हरेक नूं भेजणी सौखी नहीं कल नूं गोल्डी होरिया इस नूं अपलोड करनगे YouTube दे उत्ते तुसीं उत्थे बाद दे विच वी सुण सकदे हो। सो धन्नवाद तुहाडा सारिआं दा जिहनूं चंगी इह गलबात लगी और जिहनूं माड़ी लगी ओह जरूर फीडबैक सानूं दिओ। सो बाई जी अखीर दे विच स्रोते ने सोडे मुल्क दे ज्यादा ने इधर भी मुल्क सोडा उधर भी मुल्क सोडा। सो की मैसेज देना चाहोगे इन्हां स्रोतियां नूं जे कोई कॉन्टैक्ट क्योंकि मैं इत्थों दा थोड़ा नंबर तां नहीं देना चाहुंदा दिन थोड़े ने ते जे कोई नंबर जे तुसीं फिर भी चाहो साझा करना तां ओह कर सकदे हो। हां जी मैं USA दा नंबर दे दिंदा वां क्योंकि मेरा इंडिया ते WhatsApp हो गई ते चलदा ते कॉल भी आ जांदी है। इंडिया दा नंबर मैं वैसे ट्यूजडे नूं वापस जा रिहा अमेरिका और 4-3 दिन रह गए ने। अमेरिका दा नंबर मेरा हैगा 760 396 6534 और कोई भी कॉल करेगा वेलकम है। वैसे लोगों नाल बड़ी विचार चर्चा होंदी रहिंदी फोन पे पर मैं एक मैसेज जरूर देना चाहना भी जेडे खास करके NRI आस्ते जेडे साडे NRI वीर ने इन्हां नूं ब्रिज दा काम करना चाहीदा है। ब्रिज दा मतलब यह आ भी एक पुल दा काम मैं तां कह रहा क्योंकि असीं दोवें कल्चर वेख चुके आ। सानूं यह भी पता भी इंडिया च की माड़ा ते की चंगा ते अमेरिका कनेडा च की चंगा ते की माड़ा। मैं नहीं कहता भी सारा कुछ उन्होंने मुल्कों से चंगा तो हिंदुस्तान की सब कुछ माड़ा इतने भी बहुत सारिया चीजा चंगिया ने उसे भी बहुत सारिया चंगिया ने बहुत सारिया उसे भी माड़िया ने बहुत सारिया इतने माड़िया ने जेड़ा एक NRI ब्रिज का काम इस तरह कर सकता है। साडा फर्ज बनता असीं दोवां कल्चरां च विचरदे आं इत्थों दियां चंगियां चीजां उधर लैके जाइए उत्थे लोकां नूं दस्सीए ते उधरलियां जेहड़ियां चंगियां एक जिहड़ी लाइफ क्वालिटी इधर लोकां नूं दस्सीए पर ना किते काम उल्ट हो रिहा। साडे लोक इधरला गंद चुक के उधर लै जांदे ने ते उधरला गंद चुक के इधर लई आउंदे ने। सो मेरे ख्याल नाल ਇਹ ਸਾਨੂੰ ਸਮਝਣ ਦੀ ਲੋੜ ਹਮੇਸ਼ਾ ਜਿਹੜੇ ਆਦਰਸ਼ ਨੇ ਜਿਹੜੇ ਪ੍ਰਿੰਸੀਪਲ ਨੇ ਚੰਗੇ ਨੇ ਜਿਹੜੇ ਇੱਕ ਇਨਸਾਨ ਦੀ ਕਦਰ ਕਰਨਾ ਸਿਖਾਉਂਦੇ ਨੇ। ਧਰਮ ਹਰ ਕਿਸੇ ਦਾ ਨਿੱਜੀ ਮਸਲਾ ਹੈ ਤੁਸੀਂ ਮੰਨੋ ਤੁਹਾਡੀ ਸ਼ਰਧਾ ਮੈਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂਗਾ ਪਰ ਕੋਈ ਵੀ ਚੀਜ਼ ਹੈ ਜਿਹੜੀ ਜੇ ਉਹ ਸਮਾਜ ਦਾ ਨੁਕਸਾਨ ਕਰਦੀ ਹੈ ਨਾ ਜੇ ਉਹਦਾ ਅਸਰ ਇੱਕ ਆਮ ਬੰਦੇ ਦੀ ਜ਼ਿੰਦਗੀ ਤੇ ਪੈ ਰਿਹਾ ਜੇ ਧਰਮ ਦੇ ਨਾਂ ਤੇ ਤੁਹਾਨੂੰ ਲੁੱਟਿਆ ਜਾ ਰਿਹਾ ਤੁਹਾਡੇ ਹੱਕ ਖਾਦੇ ਜਾ ਰਹੇ ਫਿਰ ਕਿਤੇ ਨਾ ਕਿਤੇ ਗੱਲ ਕਰਨੀ ਪੈਂਦੀ ਫਿਰ ਸਾਡਾ ਬੋਲਣਾ ਵਾਜਬ ਆ ਜੀ। ਸੋ ਬਹੁਤ ਸੋਹਣੇ ਵਿਚਾਰ ਆ ਬਾਈ ਜੀ ਤੁਹਾਡੇ ਔਰ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਕਰਦੇ ਰਹਾਂਗੇ ਸਾਡੇ ਸਰੋਤਾਂ ਦੇ ਨਾਲ। ਸੋ ਮੈਨੂੰ ਇਸ ਗੱਲ ਦਾ ਵੀ ਮਾਣ ਆ ਕਿ ਸਾਡੇ ਕੋਲ ਸਰੋਤੇ ਬੜੇ ਸੈਕੂਲਰ ਨੇ ਖੁੱਲ੍ਹਦੇ ਲਈ ਵਿਚਾਰਾਂ ਵਾਲੇ ਹਰ ਗੱਲ ਸੁਣਦੇ ਵੀ ਬਾਦਲੇ ਅਸੀਂ ਉਹਦੇ ਤੇ ਗੱਲ ਵੀ ਕਰਦੇ ਹਾਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ 'ਚ ਫੇਰ ਸਾਂਝ ਪਾਵਾਂਗੇ। ਥੈਂਕ ਯੂ ਸਿੱਧੂ ਸਾਹਿਬ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਟਾਈਮ ਦਿੱਤਾ ਔਰ ਬੜਾ ਵਧੀਆ ਲੱਗਾ ਗੱਲ ਕਰਕੇ ਥੈਂਕ ਯੂ ਬਹੁਤ ਮਿਹਰਬਾਨੀ ਜੀ। ਸੋ ਟਾਈਮ ਤਾਂ ਅਸਲ ਦੇ ਵਿੱਚ ਲਿਆ ਜਾਂਦਾ ਹੈ NRIs ਆ ਜਿਹੜੇ ਇਹਨਾਂ ਕੋਲ ਵਿਚਾਰਿਆਂ ਕੋਲ ਮੁਲਕ ਦੇ ਵਿੱਚ ਆ ਕੇ ਟਾਈਮ ਕਿੱਥੋਂ ਹੁੰਦਾ। ਸੋ ਇਹ ਸੀਗਾ ਜੀ ਪ੍ਰਗਟਜੀਤ ਸੰਧੂ ਸੋਸ਼ਲ ਮੀਡੀਆ ਦੇ ਉੱਤੇ ਨਾਮ ਹੀ ਵੱਖਰਾ ਜਿਹਾ ਪ੍ਰਗਟਜੀਤ ਸੰਧੂ ਕਰਕੇ ਤੁਸੀਂ ਇਹਨਾਂ ਨੂੰ ਲੱਭ ਸਕਦੇ ਹੋ ਤੇ ਫਿਰ ਉੱਥੇ ਫੋਲੋ ਕਰਕੇ ਅਗਲੀ ਗੱਲਬਾਤ ਜੇ ਕੋਈ ਹੋਰ ਕਰਨੀ ਚਾਹੋ ਤਾਂ ਕਰ ਸਕਦੇ ਹੋ। ਸੋ ਅਗਲੀ ਗੱਲ ਜਿਹੜੀ ਆਪਾਂ ਕਰਨੀ ਹੈ ਜੀ ਉਹ ਕਰਨੀ ਹੈ ਪਰਮਵੀਰ ਬਾਠ ਹੋਰਾਂ ਦੇ ਨਾਲ ਬਸ ਖੁਸ਼ੀ ਭਲਾਂ ਦੇ ਵਿੱਚ।